ਨਮਸਕਾਰ, ਸਤਿ ਸ਼੍ਰੀ ਅਕਾਲ। ਹੈਲੋ ਗਲੋਬਲ ਪੰਜਾਬ ਸ਼ੋਅ 'ਚ ਨੌਰਥ ਅਮਰੀਕਾ ਦੇ ਗਲੋਬਲ ਪੰਜਾਬ ਟੀਵੀ ਅਤੇ ਕੈਨੇਡਾ ਦੇ ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਅੱਜ ਵੀ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਭਾਰਤ 'ਚ ਅਤੇ ਖਾਸ ਕਰਕੇ ਪੰਜਾਬ 'ਚ ਵੱਧ ਰਹੇ ਪੀਣ ਵਾਲੇ ਪਾਣੀ ਦੇ ਸੰਕਟ ਦੀ। ਇਸ ਤੋਂ ਪਹਿਲਾਂ ਕਿ ਪੀਣ ਵਾਲੇ ਪਾਣੀ ਦਾ ਸੰਕਟ ਹੋਰ ਗੰਭੀਰ ਹੋ ਜਾਵੇ, ਸਾਨੂੰ ਇੱਥੇ ਪੰਜਾਬ 'ਚ ਕੀ ਕਦਮ ਚੁੱਕਣ ਦੀ ਲੋੜ ਹੈ, ਆਪਾਂ ਅੱਜ ਵਿਚਾਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸੀਫਿਕ ਟਾਈਮ ਮੁਤਾਬਿਕ ਸ਼ਾਮੀ 5:00 ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:30 ਲਾਈਵ ਮੰਡੇ ਤੋਂ ਫਰਾਈਡੇ ਦੇਖ ਸਕਦੇ ਜੇ, ਦੇਖ ਕੇ ਇਹਦੇ 'ਚ ਹਿੱਸਾ ਲੈ ਸਕਦੇ, ਸੁਝਾਅ ਦੇ ਸਕਦੇ ਜੇ। ਭਾਰਤੀ ਸਮੇਂ ਅਨੁਸਾਰ ਇਹ ਸ਼ੋਅ ਜਿਹੜਾ ਵਾ ਇਹ ਸਵੇਰੇ 6 ਤੋਂ 7 ਵਜੇ ਲਾਈਵ ਹੁੰਦਾ ਵਾ। ਅਤੇ ਹੁਣ ਆਉਂਦੇ ਹਾਂ ਆਪਾਂ ਅੱਜ ਦੇ ਮਸਲੇ 'ਤੇ ਜੋ ਆਪਾਂ ਅੱਜ ਡਿਸਕਸ ਕਰਨਾ ਵਾ। ਮੇਰੇ ਖਿਆਲ ਅੱਜ ਤੋਂ 50-100 ਸਾਲ ਪਹਿਲਾਂ ਇਹ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਸੀ ਕਿ ਪੰਜਾਬ ਵਰਗਾ ਰਾਜ ਜਿਹਦਾ ਨਾਂ ਪੰਜਾਬ ਯਾਨੀ 5 ਦਰਿਆਵਾਂ ਦੀ ਧਰਤੀ ਹੈ, ਉੱਥੇ ਕਦੇ ਪੀਣ ਵਾਲੇ ਪਾਣੀ ਦਾ ਸੰਕਟ ਵੀ ਇੰਨਾ ਸੀਰੀਅਸ ਹੋ ਜੂਗਾ। ਪਰ ਸਾਡੀਆਂ ਸਰਕਾਰਾਂ ਦੀ ਮਿਹਰਬਾਨੀ ਨਾਲ ਅਤੇ ਸਾਡੇ ਆਪਣੇ ਲੋਕਾਂ ਦੀ ਅਣਗਹਿਲੀ ਨਾਲ ਇਹ ਨਾ ਹੋਣੀ ਗੱਲ ਅੱਜ ਹਕੀਕਤ 'ਚ ਬਦਲ ਗਈ ਹੈ। ਇਸ ਤੋਂ ਪਹਿਲਾਂ ਕਿ ਆਪਾਂ ਪੰਜਾਬ ਦੀ ਗੱਲ ਕਰੀਏ, ਮੈਂ ਭਾਰਤ ਦੇ ਜਿਹੜਾ ਮਹਾਰਾਸ਼ਟਰਾ ਦਾ ਇਲਾਕਾ ਵਾ, ਉੱਥੇ ਮਰਾਠਵਾੜਾ ਇਲਾਕਾ ਵਾ, ਉੱਥੇ ਤੁਹਾਡਾ ਧਿਆਨ ਲੈ ਕੇ ਜਾਣਾ ਚਾਹੁੰਦਾ ਵਾਂ। ਉੱਥੇ ਖਾਸ ਕਰਕੇ ਲਟੂਰ ਸ਼ਹਿਰ ਅਤੇ ਉਹਦੇ ਆਸ ਪਾਸ ਦੇ ਜਿਹੜੇ ਇਲਾਕੇ ਆ, ਨੇੜੇ ਤੇੜੇ ਦੇ ਇਲਾਕੇ ਆ, ਉੱਥੇ ਪਾਣੀ ਦਾ ਸੰਕਟ ਬਹੁਤ ਸੰਗੀਨ ਹੋ ਗਿਆ। ਸਿਚੁਏਸ਼ਨ ਬਹੁਤ ਸੀਰੀਅਸ ਆ, ਇੰਨੀ ਸੀਰੀਅਸ ਆ ਕਿ ਭਾਰਤ ਦੇ ਦੂਜੇ ਰਾਜਾਂ 'ਚੋਂ ਲਟੂਰ ਇਲਾਕੇ ਵਾਸਤੇ ਖਾਸ ਜਲ ਦੂਤ ਯਾਨੀ ਵਾਟਰ ਟ੍ਰੇਨਸ ਜਿਹੜੀਆਂ ਵਾ ਉਹ ਭੇਜੀਆਂ ਜਾ ਰਹੀਆਂ। ਵਾਟਰ ਟ੍ਰੇਨਸ ਦੇ ਜ਼ਰੀਏ ਪਾਣੀ ਉੱਥੇ ਪਹੁੰਚਾਇਆ ਜਾ ਰਿਹਾ। ਉੱਥੋਂ ਦੇ ਜਿਹੜੇ ਪਾਣੀਆਂ ਦੇ ਟੋਭੇ ਆ, ਖੂਹ, ਡਿੱਗੀਆਂ, ਛੱਪੜ ਸਾਰੇ ਸੁੱਕ ਗਏ ਆ, ਔਰ ਘਰੇਲੂ ਪਸ਼ੂਆਂ ਨੂੰ ਬਚਾਉਣ ਦੀ ਬੜੀ ਵੱਡੀ ਬਿਪਤਾ ਬਣੀ ਹੋਈ ਹੈ। ਇਹ ਠੀਕ ਹੈ ਕਿ ਪੰਜਾਬ 'ਚ ਹਾਲੇ ਲਟੂਰ ਵਰਗੀ ਸਥਿਤੀ ਨਹੀਂ ਬਣੀ, ਪਰ ਜੇ ਅਸੀਂ ਲੋੜੀਂਦੇ ਅਤੇ ਢੁੱਕਵੇਂ ਕਦਮ ਨਾ ਚੁੱਕੇ ਤਾਂ ਇਹ ਹਾਲਤ ਅਗਲੇ ਕੁਝ ਸਾਲਾਂ 'ਚ ਬਣ ਸਕਦੀ ਹੈ। ਜਿਵੇਂ ਮਰਾਠਵਾੜਾ 'ਚ ਗੰਨਾ ਯਾਨੀ ਸ਼ੂਗਰ ਕੇਨ ਦੀ ਬਿਜਾਈ ਬੜੇ ਵੱਡੇ ਪੱਧਰ 'ਤੇ ਹੁੰਦੀ ਆ, ਆਪਣੇ ਇੱਥੇ ਪੰਜਾਬ 'ਚ ਪੈਡੀ ਪ੍ਰਮੁੱਖ ਕ੍ਰੋਪ ਆ। ਇਹ ਦੋਵੇਂ ਫਸਲਾਂ ਬਹੁਤ ਜ਼ਿਆਦਾ ਪਾਣੀ ਮੰਗਦੀਆਂ, ਇਹਨਾਂ ਨੂੰ ਵਾਟਰ ਗਜ਼ਲਰ ਕ੍ਰੋਪਸ ਕਹਿੰਦੇ ਆ। ਪੰਜਾਬ ਦੀ ਪਾਣੀਆਂ ਸੰਬੰਧੀ ਹਾਲਤ ਬਾਰੇ ਅਮੈਰੀਕਨ ਸੰਸਥਾ ਨਾਸਾ ਦਾ ਪੂਰਾ ਫੋਰਮ ਆ, ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ, ਨਾਸਾ ਨੇ ਇਹ ਸੈਟੇਲਾਈਟ ਦੇ ਜ਼ਰੀਏ ਪਾਣੀ ਦੀ ਸਥਿਤੀ ਦੀ ਪੜਤਾਲ ਕਰਦੀ ਆ। ਨਾਸਾ ਨੇ ਵਾਰਨਿੰਗ ਦਿੱਤੀ ਆ ਵੀ ਪੰਜਾਬ ਦੇ ਇਲਾਕੇ 'ਚ ਸਿਚੁਏਸ਼ਨ ਅਗਲੇ ਸਾਲਾਂ 'ਚ ਕਾਫੀ ਗੰਭੀਰ ਹੋ ਸਕਦੀ ਆ। ਇਨਫੈਕਟ ਪਾਣੀ ਦਾ ਜਿਹੜਾ ਲੈਵਲ ਹੈ ਨਾ, ਗਰਾਊਂਡ ਵਾਟਰ ਲੈਵਲ, ਉਹ ਦਿਨੋਂ ਦਿਨ ਥੱਲੇ ਜਾ ਰਿਹਾ। 1980 ਦੇ ਦਹਾਕੇ 'ਚ 30-40 ਸਾਲ ਪਹਿਲਾਂ ਹਰ ਸਾਲ ਕਰੀਬ 1.5 ਫੁੱਟ ਪਾਣੀ ਨੀਵਾਂ ਜਾਂਦਾ ਸੀ, ਹੇਠ ਜਾਂਦਾ ਸੀ। ਹੁਣ ਕਰੀਬ 1 ਮੀਟਰ 3 ਫੁੱਟ ਪਾਣੀ ਹਰ ਸਾਲ ਹੋਰ ਡੂੰਘਾ ਹੋ ਜਾਂਦਾ ਵਾ। ਇੰਨੀ ਸੀਰੀਅਸ ਹੈ ਸਿਚੁਏਸ਼ਨ। ਸਿਰਫ ਇਹ ਪਾਣੀ ਥੱਲੇ ਹੀ ਨਹੀਂ ਜਾ ਰਿਹਾ, ਗੰਦਲਾ ਜ਼ਹਿਰੀਲਾ ਵੀ ਹੋ ਰਿਹਾ ਵਾ। ਇਸੇ ਕਰਕੇ ਸਾਰੇ ਥਾਂ ਥਾਂ 'ਤੇ ਆਰਓ ਪਲਾਂਟ ਲੱਗੇ ਆ। ਮਾਲਵਾ ਇਲਾਕੇ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਰਿਵਰਸ ਓਸਮੋਸਿਸ ਟੈਕਨੀਕ ਨਾਲ, ਆਰਓ ਪਲਾਂਟ ਹੁੰਦਾ, ਰਿਵਰਸ ਓਸਮੋਸਿਸ ਟੈਕਨੀਕ ਨਾਲ ਪਾਣੀ ਨੂੰ ਸਾਫ਼ ਕੀਤਾ ਜਾਂਦਾ ਵਾ। ਪਰ ਆਰਓ ਦੇ ਨਾਲ ਵੀ ਕਈ ਇਹੋ ਜਿਹੇ ਯੂਰੇਨੀਅਮ ਵਰਗੇ ਜਿਹੜੇ ਧਾਤ ਆ ਉਹ ਫਿਰ ਵੀ ਸਾਫ਼ ਨਹੀਂ ਹੁੰਦੇ। ਇਸੇ ਕਰਕੇ ਮਾਲਵੇ ਖੇਤਰ 'ਚ ਬੜੇ ਵੱਡੇ ਪੱਧਰ 'ਤੇ ਕੈਂਸਰ ਵਰਗੀਆਂ ਜਿਹੜੀਆਂ ਉਹ ਬਿਮਾਰੀਆਂ ਫੈਲ ਰਹੀਆਂ। ਇਸ ਤੋਂ ਪਹਿਲਾਂ ਕਿ ਪੰਜਾਬ 'ਚ ਲਟੂਰ ਵਰਗੀ ਹਾਲਤ ਪੈਦਾ ਹੋਵੇ, ਸਾਨੂੰ ਕੀ ਕਰਨ ਦੀ ਲੋੜ ਹੈ? ਕਿਉਂਕਿ ਪੰਜਾਬ ਵਾਂਗੂ ਅਮੈਰੀਕਾ ਦੇ ਤੁਹਾਡੇ ਉੱਥੋਂ ਕੈਲੀਫੋਰਨੀਆ ਇਲਾਕੇ 'ਚ ਵੀ ਪਾਣੀ ਦਾ ਸੰਕਟ ਜਿਹੜਾ ਵਾ ਉਹ ਕਾਫੀ ਹੈ। ਤੁਹਾਡੇ ਵਿਚਾਰ ਇਸ ਮਸਲੇ ਦੇ ਬਹੁਤ ਅਹਿਮ ਨੇ। ਤੁਹਾਡੇ ਉੱਥੇ ਕੈਲੀਫੋਰਨੀਆ 'ਚ ਕੀ ਕੀਤਾ ਗਿਆ ਵਾ ਜੋ ਸਾਡੇ ਇੱਥੇ ਪੰਜਾਬ 'ਚ ਵੀ ਕੀਤਾ ਜਾ ਸਕਦਾ? ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ, ਕਿਉਂਕਿ ਇਹਦੇ ਨਾਲ ਆਪਾਂ ਦੋਵਾਂ ਨੇ ਬੈਨੀਫਿਟ ਕਰਨਾ। ਤੁਸੀਂ ਉੱਥੋਂ ਦੇ ਐਕਸਪੀਰੀਅੰਸ ਜੇ ਇੱਥੇ ਲਿਆ ਸਕੋ ਤਾਂ ਸਾਡੇ ਇੱਥੋਂ ਦੇ ਹਾਲਾਤ ਵੀ ਬਿਹਤਰ ਹੋ ਸਕਦੇ ਆ। ਕੁਝ ਕਾਲਰ ਸਾਡੇ ਨਾਲ ਜੁੜੇ ਆ, ਦੇਖਦੇ ਹਾਂ ਉਹ ਇਸ ਮਸਲੇ 'ਤੇ ਕੀ ਕਹਿਣਾ ਚਾਹੁੰਦੇ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਮੋਹਨ ਬੋਲਦਾ ਇੱਥੋਂ ਮੈਡਸਟਰ ਤੋਂ ਜੀ। ਹਾਂਜੀ ਹਾਂਜੀ ਮੋਹਨ ਜੀ। ਹਾਂਜੀ, ਮੈਂ ਇੱਕ ਸੰਧੂ ਸਾਹਿਬ ਤੁਹਾਨੂੰ ਬੇਨਤੀ ਕਰਨੀ ਹੈ ਵੀ ਤੁਹਾਨੂੰ ਕਈ ਲੋਕ ਕਹਿੰਦੇ ਵੀ ਤੁਸੀਂ ਆਪ 'ਚ ਚਲੇ ਗਏ ਹੋ ਤੇ ਤੁਸੀਂ ਉਹਨਾਂ ਦਾ ਕਰਦੇ ਹੋ। ਹਾਂਜੀ, ਤੇ ਤੁਸੀਂ ਇੱਕਦਾਂ ਹੀ ਕਿਸੇ ਦੀ ਗੱਲ ਨਹੀਂ ਸੁਣਨੀ, ਸ਼ੋਅ ਨਾ ਬੰਦ ਕਰਿਓ, ਨਹੀਂ ਤੇ ਸਾਰਾ ਹੀ ਸਵਾਦ ਖਰਾਬ ਹੋ ਜੂ। ਠੀਕ ਹੈ ਜੀ, ਨਹੀਂ ਬੰਦ ਕਰਦੇ ਜੀ, ਨਹੀਂ ਬੰਦ ਕਰੇ। ਹਾਂਜੀ ਹਾਂਜੀ, ਦੇਖੋ ਲੋਕਾਂ ਨੇ ਤਾਂ ਕਹਿਣਾ ਹੀ ਹੁੰਦਾ ਜੀ। ਨਹੀਂ, ਜਿੰਨੇ ਚਿਰ ਤੱਕ ਲੋਕੀ ਸ਼ੋਅ ਵੇਖਦੇ ਜੀ ਆਪਾਂ ਬੰਦ ਨਹੀਂ ਕਰਦੇ। ਮੈਂ ਕਹਿ ਜੀ ਲੋਕੀ ਤਾਂ ਮਿਹਨਤਾਂ ਕਰਦੇ ਆ, ਤੇ ਦੂਜੀ ਗੱਲ ਇਹ ਟਾਈਮ ਪੂਰਾ ਲਿਆ ਕਰੋ। ਤੁਸੀਂ 2-3 ਮਿੰਟ ਪਹਿਲਾਂ ਚਲੇ ਜਾਂਦੇ ਹੋ, 2-3 ਮਿੰਟ ਲੇਟ ਸਟਾਰਟ, 5-7 ਮਿੰਟ ਤੁਸੀਂ ਦੇਖੋ। ਹਾਂਜੀ ਭਾਈ ਸਾਹਿਬ, ਇਸ ਤਰ੍ਹਾਂ ਵਾ ਵੀ ਇਹਦੇ 'ਚ ਜਿਹੜੇ ਐਡਸ ਹੁੰਦੀਆਂ ਵਾ, ਇਸ਼ਤਿਹਾਰ, ਉਹ ਵੀ ਤਾਂ ਚੱਲਣੇ ਹੁੰਦੇ ਆ ਨਾ। ਨਹੀਂ ਨਹੀਂ ਹਾਂਜੀ, ਐਡ ਦਾ ਤਾਂ ਚਲੋ ਠੀਕ ਹੈ, ਕਈ ਵਾਰੀ
ਪਰ 10 ਕਿ ਮਿੰਟ ਤੁਸੀਂ ਖਬਰ ਦਿੰਦੇ ਦੂਜੇ ਅੜਦੇ ਨਹੀਂ ਆਪਾਂ ਕੋਸ਼ਿਸ਼ ਕਰਾਂਗੇ ਇੱਕ ਅੱਧਾ ਮਿੰਟ ਆਪਾਂ ਹੋਰ ਕਰ ਲਈਏ ਚੋਰੀ ਕਰ ਲਈਏ ਹਾਂਜੀ ਮੈਂ ਆਪੇ ਸ਼ੋ ਬੰਦ ਕਰਦੀ ਨਾ ਸੋਚਿਓ ਕਦੀ ਕਦੀ ਵੀ ਅੱਜ ਦੇ ਮਸਲੇ ਤੇ ਮੋਹਨ ਜੀ ਕੁਛ ਕਹਿਣਾ ਨਹੀਂ ਬਾਕੀ ਤਾਂ ਹੀ ਵੇਖੋ ਜਦੋਂ ਹੁਣ ਗੱਡੀ ਗਈ ਸੀ ਤੇ ਉਹਨਾਂ ਨੇ ਬੀਜੇਪੀ ਵਾਲੇ ਨੇ ਕੁੱਡੇ ਕੁੱਡੇ ਇਸ਼ਤਿਹਾਰ ਲਾਏ ਸੀ ਜਿਵੇਂ ਬਾਦਲ ਸਾਹਿਬ ਦੀ ਫੋਟੋ ਲੱਗਣ ਦੀ ਐਂਬੂਲੈਂਸ ਤੇ ਚੋਰੀਆਂ ਕਰਦੇ ਜੀ ਪਾਣੀ ਪੂਣੀ ਦਾ ਗੱਡੀ ਦਾ ਚਲੋ ਹੁਣ ਗਰੀਬਾਂ ਨੂੰ ਤਾਂ ਕੁਛ ਨਾ ਕੁਛ ਤਾਂ ਦੇਣਾ ਹੀ ਪੈਣਾ ਜੀ ਓਕੇ ਹਾਂਜੀ ਬਸ ਇਹ ਧਿਆਨ ਰੱਖੇ ਮਿਹਰਬਾਨੀ ਮਿਹਰਬਾਨੀ ਮੋਹਨ ਜੀ ਮਿਹਰਬਾਨੀ ਇਨਫੈਕਟ ਇਸ ਮਸਲੇ 'ਤੇ ਆਪਾਂ ਪਾਣੀ ਦਾ ਮਸਲਾ ਜਿਹੜਾ ਸੰਕਟ ਆ ਸਕਦਾ ਵਾ ਉਹਦੇ ਬਾਰੇ ਬਹੁਤ ਸਾਰੇ ਵਿਚਾਰ ਮੈਨੂੰ ਈਮੇਲ ਦੇ ਜ਼ਰੀਏ ਵੀ ਆਏ ਆ ਇੱਕ ਵਿਚਾਰ ਅਮਰਪ੍ਰੀਤ ਸਿੰਘ ਨੇ ਮੈਲਬਰਨ ਆਸਟ੍ਰੇਲੀਆ ਤੋਂ ਭੇਜਿਆ ਤਿੰਨ ਚਾਰ ਬੜੇ ਚੰਗੇ ਸੁਝਾਵ ਉਹਦੇ ਵਿੱਚ ਉਹਨਾਂ ਕਿਹਾ ਵੀ ਇੱਕ ਤਾਂ ਸੀਵਰੇਜ ਸਿਸਟਮ ਸਾਡੇ ਸ਼ਹਿਰਾਂ 'ਚ ਨਹੀਂ ਹੈ ਔਰ ਸੀਵਰੇਜ ਸਿਸਟਮ ਵਾਸਤੇ ਚੰਗੀਆਂ ਪਾਈਪਾਂ ਲਾਉਣ ਦੀ ਲੋੜ ਹੈ ਜਿਨ੍ਹਾਂ ਦੀ ਘੱਟੋ ਘੱਟ 100-150 ਸਾਲ ਉਹ ਪਾਈਪਾਂ ਚੱਲ ਸਕਣ ਦੁਬਾਰਾ ਪੁੱਟਣ ਦੀ ਲੋੜ ਨਾ ਪੈ ਸਕੇ ਜੇ ਸੀਵਰੇਜ ਅਸੀਂ ਸਹੀ ਸੀਵਰੇਜ ਸਿਸਟਮ ਨਹੀਂ ਕਰਾਂਗੇ ਤਾਂ ਪਾਣੀ ਜਿਹੜਾ ਵਾ ਗੰਦਲਾ ਹੋਈ ਜਾਊਗਾ ਗੰਦਾ ਪਾਣੀ ਜਿਹੜਾ ਵਾ ਉਹ ਜ਼ਮੀਨੀ ਪਾਣੀ ਦੇ ਵਿੱਚ ਰਲੂਗਾ ਉਹਨਾਂ ਇਹ ਵੀ ਕਿਹਾ ਕਿ ਪਲਾਸਟਿਕ ਤੋਂ ਬਚਣ ਦੀ ਲੋੜ ਹੈ ਸਾਨੂੰ ਔਰ ਇਸ ਵੇਲੇ ਪਲਾਸਟਿਕ ਦੀ ਜਿਸ ਤਰੀਕੇ ਨਾਲ ਇਸਤੇਮਾਲ ਵਰਤੋਂ ਹੋ ਰਹੀ ਆ ਇਹ ਬਹੁਤ ਖਤਰਨਾਕ ਆ ਅਮਰਪ੍ਰੀਤ ਹੋਰਾਂ ਨੇ ਇਹ ਵੀ ਕਿਹਾ ਕਿ ਕੋਈ ਇਹੋ ਜਿਹੇ ਪਲਾਂਟਸ ਲਾਉਣ ਦੀ ਲੋੜ ਆ ਜਿਹੜੇ ਨੈਚੁਰਲ ਜਿਹੜੀ ਜਿਹੜਾ ਗੰਦ ਬੰਦੇ ਆ ਉਹਨੂੰ ਸਖ ਕਰਦੇ ਆ ਇਹ ਉਹਨਾਂ ਨੇ ਕੋਈ ਉਦਾਹਰਣ ਵੀ ਦਿੱਤੇ ਆ ਕਿਉਂਕਿ ਉਹਨਾਂ ਦਾ ਸਾਇੰਸ ਬੈਕਗਰਾਊਂਡ ਲੱਗਦਾ ਮੈਨੂੰ ਇਸ ਤਰ੍ਹਾਂ ਦੇ ਉਹਨਾਂ ਨੇ ਬਹੁਤ ਸਾਰੇ ਸੁਝਾਅ ਦਿੱਤੇ ਆ ਮੇਰਾ ਖਿਆਲ ਆ ਆਪਾਂ ਸਾਰਿਆਂ ਨੂੰ ਇਸ ਮਸਲੇ ਬਾਰੇ ਕੰਸਰਨ ਹੋਣਾ ਚਾਹੀਦਾ ਵਾ ਹੋ ਸਕਦਾ ਵਾ ਅਮਰਪ੍ਰੀਤ ਆਪਣੇ ਇਸ ਸ਼ੋਅ ਦੇ ਵਿੱਚ ਕਾਲ ਵੀ ਕਰਨ ਜੇ ਉਹਨਾਂ ਕਾਲ ਕੀਤੀ ਅਤੇ ਆਪਾਂ ਉਹਨਾਂ ਦੇ ਵਿਚਾਰ ਸਾਂਝੇ ਹੋਰ ਵੀ ਜਿਹੜੇ ਵਿਚਾਰ ਆ ਲੰਬੀ ਈਮੇਲ ਆ ਉਹਦੀ ਉਹ ਵੀ ਆਪਾਂ ਸਾਂਝੇ ਕਰਾਂਗੇ ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਹੈਲੋ ਹੈਲੋ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਬਲਦੇਵ ਸਿੰਘ ਬੋਲ ਰਿਹਾ ਜੀ ਸ਼ੈਟਲ ਤੋਂ ਹਾਂਜੀ ਬਲਦੇਵ ਸਿੰਘ ਜੀ ਹਾਂਜੀ ਬੇਨਤੀ ਇਸ ਤਰ੍ਹਾਂ ਵਾ ਕਿ ਜੀ ਪਾਣੀ ਦੀ ਤਾਂ ਇਹ ਬਹੁਤ ਵੱਡੀ ਸਮੱਸਿਆ ਹੈ ਮਤਲਬ ਪੰਜਾਬ ਦੇ ਵਿੱਚ ਵੀ ਔਰ ਸਾਰੇ ਇੰਡੀਆ ਦੇ ਵਿੱਚ ਵੀ ਔਰ ਇਹਦੇ ਵਿੱਚ ਇਹ ਹੈਗਾ ਕਿ ਮੈਂ ਜਦੋਂ ਮਤਲਬ ਅਸੀਂ ਛੋਟੇ ਛੋਟੇ ਹੁੰਦੇ ਹਾਂ ਜੀ ਅਤੇ ਮਤਲਬ ਸਾਡੇ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਆ ਦੇ ਵਿੱਚ ਜਿਹੜੀ ਨਹਿਰ ਚੱਲਦੀ ਹੈ ਅਪਰ ਬਾਰੀ ਦੁਆਬ ਹਾਂਜੀ ਇਹਦਾ ਪਾਣੀ ਇਹ 'ਚ ਬਹੁਤ ਜ਼ਿਆਦਾ ਪਾਣੀ ਆਉਂਦਾ ਸੀ ਅਤੇ ਇਹ ਇਸ ਇਲਾਕੇ ਵਿੱਚ ਅੰਮ੍ਰਿਤਸਰ ਔਰ ਗੁਰਦਾਸਪੁਰ ਵਿੱਚ ਬਹੁਤ ਜ਼ਿਆਦਾ ਪਾਣੀ ਇਹਦਾ ਮਤਲਬ ਵਰਤੋਂ ਵਿੱਚ ਵੀ ਆਉਂਦਾ ਸੀ ਜੀ ਮੈਂ ਹੁਣ ਮੈਂ ਤਕਰੀਬਨ ਆਏ ਸਾਲ ਪੰਜਾਬ 'ਚ ਜਾਂਦਾ ਆ ਅਤੇ ਜਦੋਂ ਮੈਂ ਮਤਲਬ ਸਾਡਾ ਇਹ ਧਾਰੀਵਾਲ ਦੇ ਕੋਲ ਸਾਡਾ ਪਿੰਡ ਪਿੰਡਾਂ ਲਾਗੇ ਨਹਿਰ ਵਗਦੀ ਹੈ ਅਤੇ ਅਸੀਂ ਵੇਖਦੇ ਕਿ ਉਹ 'ਚ ਪਾਣੀ ਹੁੰਦਾ ਹੀ ਨਹੀਂ ਬਿਲਕੁਲ ਠੀਕ ਨਹੀਂ ਬਿਲਕੁਲ ਔਰ ਉਹਦਾ ਜਿਹੜਾ ਪਾਣੀ ਅੱਗੇ ਖੇਤਾਂ ਨੂੰ ਲੱਗਦਾ ਹੁੰਦਾ ਸੀ ਬਹੁਤ ਸਾਰਾ ਉਹ ਹੁਣ ਪਾਣੀ ਜਿਹੜਾ ਇੱਕ ਸੂਹਿਆਂ ਵਿੱਚ ਜਾਂ ਮਤਲਬ ਖਾਲਾਂ ਵਿੱਚ ਪਾਣੀ ਜਾਂਦਾ ਹੀ ਨਹੀਂ ਹੈ ਉਹ ਜਿਹੜਾ ਪਾਣੀ ਮਤਲਬ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਪਾਣੀ ਸੀ ਜਿਹੜਾ ਮਤਲਬ ਉਸ ਨਹਿਰ ਦਾ ਪਾਣੀ ਬਹੁਤ ਪਿੰਡਾਂ ਨੂੰ ਲੱਗਦਾ ਸੀ ਅਤੇ ਉਹਦੇ ਨਾਲ ਜਿਹੜਾ ਥੱਲਿਓਂ ਪਾਣੀ ਆਪਾਂ ਕੱਢਦੇ ਸਾਂ ਜ਼ਮੀਨ 'ਚੋਂ ਉਹਦਾ ਪਾਣੀ ਦਾ ਲੈਵਲ ਜਿਹੜਾ ਸੀ ਉਹ ਮਤਲਬ ਠੀਕ ਮੇਨਟੇ ਰਹਿੰਦਾ ਸੀ ਬਲਦੇਵ ਸਿੰਘ ਬਿਲਕੁਲ ਸਹੀ ਕਿਹਾ ਤੁਸੀਂ ਇਹ ਨਹੀਂ ਸਮਝ ਆਇਆ ਕਿ ਇਹ ਪਾਣੀ ਗਿਆ ਕਿਧਰ ਆ ਦਰਿਆ ਕਿਵੇਂ ਸੁੱਕ ਗਿਆ ਇੰਨਾ ਇੰਨਾ ਪਾਣੀ ਹੁੰਦਾ ਜੇ ਛੋਟੇ ਹੋਈਦਾ ਸੀ ਦਰਿਆਵਾਂ 'ਚ ਇੰਨਾ ਇੰਨਾ ਪਾਣੀ ਦਿਸਦਾ ਹੁੰਦਾ ਸੀ ਹਾਂਜੀ ਮੈਂ ਇਹ ਦੇਖ ਰਿਹਾ ਕਿ ਉਸ ਪਾਣੀ ਜਿਹੜਾ ਉਹ ਨਹਿਰ 'ਚ ਪਾਣੀ ਆਉਂਦਾ ਹੀ ਨਹੀਂ ਆ ਔਰ ਜਿਹੜਾ ਪਾਣੀ ਉੱਥੋਂ ਮਾਧੋਪੁਰ ਤੋਂ ਜਿਹੜੀ ਨਹਿਰ 'ਚੋਂ ਨਿਕਲਦੀ ਸੀ ਉਹ ਪਾਣੀ ਸਾਰਾ ਬਿਆਸ ਨੂੰ ਕਨਵਰਟ ਮਤਲਬ ਕਰੀ ਜਾਂਦੇ ਆ ਮਤਲਬ ਸਾਰਾ ਪਾਣੀ ਬਿਆਸ ਨੂੰ ਭੇਜੀ ਜਾਂਦੇ ਆ ਲਿੰਕ ਲੇਅਰ ਬਰਨਾਰ ਦੇ ਨਾਲ ਔਰ ਉਹ ਪਾਣੀ ਉਸ ਲਿੰਕ ਲੇਅਰ ਵਿੱਚ ਜਾ ਕੇ ਬਿਆਸ ਜਾ ਕੇ ਗਾਂ ਆਪਾਂ ਰਾਜਸਥਾਨ ਨੂੰ ਪਾਣੀ ਦੇਈ ਜਾਂਦੇ ਹਾਂ ਜਾਂ ਆਪਾਂ ਹੋਰ ਭੇਜੀ ਜਾਂਦੇ ਹਾਂ ਲੇਕਿਨ ਆਪਣੇ ਜਿਹੜਾ ਪੰਜਾਬ ਵਿੱਚ ਅਸੀਂ ਉਹ ਪਾਣੀ ਨਹੀਂ ਵਰਤਦੇ ਜਿਹੜਾ ਇਹ ਮੁੱਦਾ ਚੱਲਿਆ ਪਾਣੀ ਦਾ ਜਮਨਾ ਲੇਕ ਲਹਿਰ ਦਾ ਇਹ ਬਿਲਕੁਲ ਸਹੀ ਮੁੱਦਾ ਕਿਉਂਕਿ ਪਾਣੀ ਨਹਿਰੀ ਪਾਣੀ ਜੇਕਰ ਅਸੀਂ ਵਧਾਵਾਂਗੇ ਉਹਦੀ ਕੰਜਮਸ਼ਨ ਵਧੂਗੀ ਪੰਜਾਬ ਦੇ ਵਿੱਚ ਅਤੇ ਮੈਂ ਸਮਝਦਾ ਕਿ ਥੱਲੇ ਜਿਹੜਾ ਟਿਊਬਵੈਲ ਦਾ ਪਾਣੀ ਆ ਉਹਦਾ ਲੈਵਲ ਜਿਹੜਾ ਵਾ ਉਹ ਥੋੜ੍ਹਾ ਮੇਨਟੇਨ ਆਪਾਂ ਰੱਖ ਸਕਦੇ ਹਾਂ ਬਿਲਕੁਲ ਦੂਸਰਾ ਇਹ ਹੈ ਕਿ ਜਿਹੜੀ ਮਤਲਬ ਝੋਨੇ ਦੀ ਫਸਲ ਜਿਹੜੀ ਆ ਜ਼ਿਆਦਾ ਪੰਜਾਬ ਦੇ ਵਿੱਚ ਇਸ ਵੇਲੇ ਹੋ ਰਹੀ ਆ ਇਹਨੂੰ ਥੋੜ੍ਹਾ ਜਿਹਾ ਵੀ ਗੌਰਮੈਂਟ ਨੂੰ ਰਲ ਕੇ ਜਾਂ ਜਿਹੜੀ ਜ਼ਿੰਮੇਦਾਰ ਆ ਉਹਨਾਂ ਨੂੰ ਕਨਵਿੰਸ ਕਰਕੇ ਇਹ ਜਿਹੜੀ ਝੋਨੇ ਦੀ ਫਸਲ ਨੂੰ ਥੋੜ੍ਹਾ ਜਿਹਾ ਕੰਟਰੋਲ ਕਰਕੇ ਇਹਦੇ ਥਾਂ ਜਿਹੜੀਆਂ ਨਵੀਆਂ ਫਸਲਾਂ ਨੇ ਉਹਨਾਂ ਨੂੰ ਮਤਲਬ ਹੋਣਾ ਚਾਹੀਦਾ ਹੈ ਇਸ ਕਰਕੇ ਇਹ ਦੋ ਮਸਲੇ ਬਾਕੀ ਜਿਹੜੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਸਾਡੇ ਇੱਥੇ ਅਮਰੀਕਾ ਦੇ ਵਿੱਚ ਜਿਹੜਾ ਪਾਣੀ ਆ ਇੱਥੇ ਈਵਨ ਜਿਹੜਾ ਗੰਦਾ ਪਾਣੀ ਵੀ ਆ ਉਸ ਗੰਦੇ ਪਾਣੀ ਨੂੰ ਵੀ ਸਾਫ਼ ਕਰਕੇ ਉਹਨੂੰ ਵੀ ਵਰਤੋਂ 'ਚ ਲਿਆਂਦਾ ਜਾਂਦਾ ਆ ਤਾਂ ਕਿ ਮਤਲਬ ਪਾਣੀ ਜਿਹੜਾ ਉਹ ਵੇਸਟ ਨਾ ਜਾਵੇ ਕਿਉਂਕਿ ਪਾਣੀ ਦੀ ਪ੍ਰੋਬਲਮ ਇੱਥੇ ਵੀ ਹੈਗੀ ਆ ਮਤਲਬ ਇਹ ਨਹੀਂ ਵੀ ਇੱਥੇ ਨਹੀਂ ਹੈਗੀ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਪ੍ਰੋਬਲਮ ਆ ਲੇਕਿਨ ਇਹ ਆ ਕਿ ਉਹ ਨਵੇਂ ਨਵੇਂ ਸਾਧਨ ਲੱਭਣ ਦੀ ਕੋਸ਼ਿਸ਼ ਕਰਦੇ ਆ ਔਰ ਪਾਣੀ ਨੂੰ ਵੇਸਟ ਕਰਨ ਦਾ ਉਹ ਆਉਂਦੇ ਵੀ ਪਾਣੀ ਜਿੰਨਾ ਵੀ ਘੱਟ ਤੋਂ ਘੱਟ ਵੇਸਟ ਹੋਵੇ ਮਤਲਬ ਉਹ ਫਸਲ ਵਾਲੀ ਜਿਹੜੀ ਜਿੰਨੀ ਵੀ ਕੈਲੀਫੋਰਨੀਆ 'ਚ ਹੁੰਦੀ ਆ ਐਗਰੀਕਲਚਰ ਉਹਦੇ ਵਿੱਚ ਵੀ ਪਾਣੀ ਜਿਹੜਾ ਵਾ ਉਹ ਮਤਲਬ ਤਕਰੀਬਨ ਤੇ ਸਪਰੇ ਕਰਦੇ ਆ ਜ਼ਿਆਦਾ ਖੁੱਲ੍ਹਾ ਪਾਣੀ ਨਹੀਂ ਛੱਡਦੇ ਮਿਹਰਬਾਨੀ ਮਿਹਰਬਾਨੀ ਬਲਦੇਵ ਜੀ ਸੋ ਇੱਥੇ ਵੀ ਕਈ ਕਦਮ ਚੁੱਕਣ ਦੀ ਲੋੜ ਆ ਕੀ ਕਦਮ ਚੁੱਕਣ ਦੀ ਲੋੜ ਹੈ ਉਹਦੇ 'ਤੇ ਵੀ ਆਪਾਂ ਆਉਂਦੇ ਹਾਂ ਉਸ ਤੋਂ ਪਹਿਲਾਂ ਆਪਾਂ ਵਿਚਾਰ ਜਿਵੇਂ ਹੁਣੇ ਮੋਹਨ ਔਰ ਬਲਦੇਵ ਸਿੰਘ ਹੁਣਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਬਾਕੀ ਵੀ ਵਿਚਾਰ ਸਾਂਝੇ ਕਰਕੇ ਫਿਰ ਆਪਾਂ ਸੋਲੂਸ਼ਨਸ 'ਤੇ ਆਵਾਂਗੇ ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਗੱਲ ਕਰਨੀ ਚਾਹੁੰਦੇ ਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ ਹਾਂਜੀ ਪ੍ਰਗਟ ਜੀ
ਸੰਧੂ ਸਾਹਿਬ, ਸਭ ਤੋਂ ਜ਼ਰੂਰੀ ਲਾਅ ਐਂਡ ਆਰਡਰ ਆ ਇੱਥੇ ਕੈਲੀਫੋਰਨੀਆ 'ਚ ਵੀ, ਮੈਨੂੰ 3-4 ਸਾਲ ਹੋ ਗਏ ਗਏ ਪੰਜਾਬ ਤੋਂ, ਇੱਥੇ ਵੀ ਇਸ ਸਾਲ ਵਰਖਾ ਥੋੜ੍ਹੀ ਠੀਕ ਹੋਈ ਆ, ਇੱਥੇ ਛਿੜਕ ਮਤਲਬ ਫਸਲਾਂ ਸੁਕਾਤੀਆਂ, ਘਾਹ ਗਾਰਡਨ ਘਰਾਂ ਦੇ ਸੁਕਾਤੇ, ਕਾਰਾਂ ਧੋਣੀਆਂ ਬੰਦ ਕਰਤੀਆਂ, ਇੱਕ ਤਾਂ ਲੋਕ ਵੀ ਬੜੀ ਸੇਫਟੀ ਰੱਖਦੇ ਵੀ ਜਿਹੜਾ ਜੇ ਕੋਈ ਕਾਲ ਪੈਣ ਲੱਗਦਾ ਤਾਂ ਉਹਦਾ ਧਿਆਨ ਰੱਖਦੇ ਵੀ ਪਾਣੀ ਕਿੰਨਾ ਵਰਤੀਏ। ਜੀ ਜੀ ਜੀ। ਅਤੇ ਇੱਥੇ ਤਾਂ ਅੰਮ੍ਰਿਤਸਰ ਜੋ ਕਾਰਾਂ ਧੋਣ ਲੈਂਦੇ ਆ ਤਾਂ ਪਤਾ ਨਹੀਂ ਲੱਗਦਾ ਵੀ ਕਿੰਨਾ ਪਾਣੀ ਚੱਲ ਜਾਣਾ, ਅਤੇ ਕੁਝ ਜਿਹੜਾ ਨਜਾਇਜ਼ ਸ਼ਹਿਰਾਂ 'ਚ ਪਾਣੀ ਸਬਸਿਡੀ 'ਤੇ ਦਿੱਤਾ ਉਹ ਟੂਟੀਆਂ ਹੀ ਨਹੀਂਗੀਆਂ। ਜੀ ਜੀ। ਇਕੱਲੇ ਮਾਲਵੇ ਖੇਤਰ ਦੀ ਨਹੀਂ, ਮਾਲਵੇ 'ਤੇ ਅੱਗੇ ਵੀ ਚਲੋ ਪਾਣੀ ਦੀ ਥੁੜ ਰਹੀ ਆ, ਅਤੇ ਹੁਣ ਤਾਂ ਅੰਮ੍ਰਿਤਸਰ ਗੁਰਦਾਸਪੁਰ ਨੂੰ ਵੀ ਇਹ, ਹੁਣੇ ਗੁਰਦਾਸਪੁਰ ਦਾ ਵੀਰ ਬੋਲ ਕੇ ਡਿਆ ਕਿਸੇ ਟਾਈਮ 'ਤੇ ਨਹਿਰਾਂ ਦਾ ਇੰਨਾ ਚਿੱਟਾ ਸਾਫ਼ ਪਾਣੀ ਹੁੰਦਾ ਸੀ ਵੀ ਉੱਦਾਂ ਹੀ ਖਾਲਾਂ 'ਚੋਂ ਪੀ ਲਈਦਾ ਸੀ। ਬਿਲਕੁਲ ਠੀਕ ਹੈ। ਅਤੇ ਅੱਜ ਹੁਣ ਜਿੰਨੀ ਇੰਡਸਟਰੀ ਆ, ਜਿੰਨੇ ਸ਼ਹਿਰਾਂ ਦੇ ਲਾਗੋਂ ਦੀ ਚੱਲਦੇ ਦਰਿਆ ਨਹਿਰਾਂ ਬੁੱਢਾ ਨਾਲਾ ਸਭ ਇਹ ਇੰਡਸਟਰੀ ਨੇ ਸੁੱਟ ਕੇ ਪਾਣੀ, ਅਤੇ ਉਹ ਪਾਣੀ ਵੀ ਪ੍ਰਦੂਸ਼ਣ ਇੰਨਾ ਕਰ ਦਿੱਤਾ ਹੋਇਆ। ਆਰਓ ਸਿਸਟਮ ਜਿਹੜਾ, ਆਰਓ ਪਹਿਲਾਂ ਕੰਪਨੀ ਕਿਸੇ ਦਾ ਹੀ ਨਹੀਂ ਗਾ, ਇਹ ਤਾਂ ਐਵੇਂ ਸਾਲ 6 ਮਹੀਨੇ 'ਚ 1-2 ਵਾਰ ਬੰਦ ਹੋ ਜਾਂਦੇ, ਮੁੜ ਕੇ ਚੱਲਦਾ ਹੀ ਨਹੀਂ ਜੀ। ਅਤੇ ਇਹ ਕਈ ਥਾਈਂ ਇਹ ਸਿਸਟਮ ਬਣਾਇਆ, ਪੰਚਾਇਤ ਸਾਡੇ ਆਪਣੇ ਪਿੰਡ ਲੱਗਾ ਹੋਇਆ, 2 ਪਿੰਡਾਂ ਨੂੰ ਪਾਣੀ ਜਾਂਦਾ, ਅਤੇ ਉਹ ਜਿਹੜੀ ਟੈਂਕੀ ਟੂਬਵੈਲ ਲੱਗਿਆ ਉਹ ਸਮਝ ਲਓ ਵੀ ਚਿੱਟਾ ਹਾਥੀ ਆ। ਓਕੇ ਓਕੇ। ਇਹਦਾ ਮਤਲਬ ਆ ਕਿ ਰੈਗੂਲੇਸ਼ਨ ਕਈ ਲੈਵਲ 'ਤੇ ਕਰਨ ਦੀ ਲੋੜ ਆ। ਪਹਿਲਾਂ ਤਾਂ ਦਰਿਆਵਾਂ ਦਾ ਪਾਣੀ ਜਿਹੜਾ ਵਾ ਉਹਨੂੰ ਬਚਾਉਣ ਦੀ ਲੋੜ ਆ, ਸਾਫ਼ ਰੱਖਣ ਦੀ ਲੋੜ ਆ, ਔਰ ਉਸ ਤੋਂ ਬਾਅਦ ਜਿਹੜਾ ਸ਼ਹਿਰਾਂ ਦੇ ਵਿੱਚ ਪਾਣੀ ਆਉਂਦਾ ਵਾ ਉਹਨੂੰ ਬਚਾਉਣ ਦੀ ਲੋੜ ਆ, ਉਹਨੂੰ ਵੇਸਟ ਨਾ ਕਰੀਏ, ਇਹਦੇ ਵਾਸਤੇ ਸਾਨੂੰ ਕਈ ਕਦਮ ਚੁੱਕਣ ਦੀ ਲੋੜ ਆ। ਜਿਹੜਾ ਇੰਡਸਟਰੀ ਦਾ, ਉਦਯੋਗ ਦਾ ਪਾਣੀ, ਉਦਯੋਗ ਦੀਆਂ ਕੰਪਨੀਆਂ ਦਾ ਪਾਣੀ ਜਿਹੜਾ ਨਹਿਰਾਂ ਦੇ ਵਿੱਚ ਪੈਂਦਾ ਵਾ ਉਹਨੂੰ ਵੀ ਮੇਰੇ ਖਿਆਲ ਉਹਦੇ 'ਤੇ ਵੀ ਠੱਲ ਪਾਉਣ ਦੀ ਲੋੜ ਆ, ਉਹਨੂੰ ਜੇ ਉਹਨੂੰ ਪਹਿਲਾਂ ਟ੍ਰੀਟ ਕੀਤਾ ਜਾਵੇ ਤਾਂ ਫਿਰ ਦਰਿਆਵਾਂ ਦੇ ਵਿੱਚ ਜਾਂ ਨਹਿਰਾਂ ਦੇ ਵਿੱਚ ਸੁੱਟਿਆ ਜਾਵੇ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਆ, ਉਹ ਕੀ ਇਸ ਮਸਲੇ 'ਤੇ ਆਪਣਾ ਨਜ਼ਰੀਆ ਰੱਖਦੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਕਮਲ ਜੀ। ਸਤਿ ਸ਼੍ਰੀ ਅਕਾਲ ਜੀ। ਕਮਲ ਜੀ, ਮੈਂ ਅਮਰਪ੍ਰੀਤ ਬੋਲ ਰਿਹਾ ਮੈਲਬਰਨ ਆਸਟ੍ਰੇਲੀਆ ਤੋਂ। ਹਾਂਜੀ 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 ਅਮਰਪ੍ਰੀਤ ਜੀ, ਮੈਂ ਤੁਹਾਡੀ ਹੁਣੇ ਈਮੇਲ ਦਾ ਜ਼ਿਕਰ ਕੀਤਾ। ਹਾਂਜੀ ਸਰ ਜੀ, ਮੈਂ ਸਿਰਫ 4 ਹੀ ਪੁਆਇੰਟ ਤੁਹਾਨੂੰ ਡਿਸਕਸ ਕਰਨੇ ਆ। ਪਹਿਲਾਂ ਸਰ ਮੈਂ ਮੈਲਬਰਨ ਤੋਂ, ਮੈਲਬਰਨ ਦੀ ਐਗਜ਼ਾਮਪਲ ਦਿੰਦਾ ਤੁਹਾਨੂੰ ਦੱਸਾਂਗਾ ਕਿ 2011 ਦੇ ਵਿੱਚ ਇੱਥੇ ਸੀਵਰੇਜ ਪਾਈਪ ਦੁਬਾਰਾ ਪਾਏ ਗਏ ਸੀਗੇ, ਤਾਂ ਉਸ ਟੈਂਡਰ 'ਚ ਲਿਖਿਆ ਸੀ ਕਿ ਪਿਛਲੀ ਵਾਰ ਲਾਸਟ ਟਾਈਮ ਜਦੋਂ ਇੱਥੇ ਸੀਵਰੇਜ ਪਾਈਪ ਪਾਏ ਤਾਂ 1895 ਵਿੱਚ ਪਾਏ ਗਏ ਸੀ। ਓਕੇ, ਸੋ ਤੁਸੀਂ ਅੰਦਾਜ਼ਾ ਲਗਾ ਲਓ ਵੀ ਇਹ ਲੋਕ ਕਿੰਨਾ ਜ਼ਿਆਦਾ ਸੋਚਦੇ ਨੇ। ਸਵਾ ਸੌ ਸਾਲ ਚੱਲਿਆ। ਹਾਂਜੀ ਹਾਂਜੀ, ਤਾਂ ਤੁਸੀਂ ਇਮੇਜਿਨ ਕਰੋ ਕਿ ਜਿਹੜੇ 2011 'ਚ ਪਾਏ ਹੋਣਗੇ ਤਾਂ ਕਿੰਨੇ ਸਾਲ ਚੱਲਣਗੇ। ਰਾਈਟ, ਪਹਿਲੀ ਗੱਲ ਸਰ। ਦੂਜੀ ਗੱਲ ਇਹ ਹੈ ਕਿ ਸਭ ਤੋਂ ਵੱਡੀ ਪ੍ਰੋਬਲਮ ਜੋ ਮੈਂ ਆਪਣੇ ਨਾਲ ਫੇਸ ਕੀਤੀ ਜਾਂ ਮੈਂ ਜਾ ਕੇ ਓਬਜ਼ਰਵ ਕੀਤਾ ਇੰਡੀਆ ਦੇ ਵਿੱਚ ਕਿ ਹਰ ਘਰ ਦੇ ਵਿੱਚ ਅੱਜ ਕੱਲ੍ਹ ਭਾਰਤ ਦੇ ਬਰਾਸ ਦੇ ਪਾਈਪ ਲੱਗੇ ਹੋਏ ਆ ਟੈਂਕੀਆਂ ਨੂੰ। ਉਹ ਵੀ ਸਰ ਬਹੁਤ ਵੱਡੀ ਪ੍ਰੋਬਲਮ ਹੈ ਅੱਜ ਦੇ ਸਮੇਂ ਦੇ ਵਿੱਚ ਸਾਡੀ ਸਿਹਤ ਲਈ, ਕਿਉਂਕਿ ਅਸੀਂ ਪਾਣੀ ਪੀਂਦੇ ਹਾਂ ਉਹ 'ਚ ਹੋ ਕੇ ਆਉਂਦਾ, ਔਰ ਪਾਈਪ ਦੇ ਵਿੱਚੋਂ ਜੋ ਕਚਰਾ ਹੈ ਜਾਂ ਉਹ ਜਿਸ ਵੀ ਮਟੀਰੀਅਲ ਦੇ ਬਣੇ ਹੋਏ ਉਹ ਬੇਸਿਕਲੀ ਸਾਰੇ ਹੈਵੀ ਮੈਟਲਸ ਹੁੰਦੇ ਨੇ। ਰਾਈਟ, ਤੇ ਉਹਨਾਂ ਕਰਕੇ ਹੀ ਸਾਨੂੰ ਪੇਟ ਦੀਆਂ ਪ੍ਰੋਬਲਮਸ ਆਉਣੀਆਂ। ਓਕੇ, ਪੁਰਾਣੇ ਜ਼ਮਾਨੇ 'ਚ ਹੈਂਡ ਪੰਪ ਹੁੰਦੇ ਸੀ, ਜ਼ਿਆਦਾ ਟਾਈਮ ਪਾਣੀ ਪਾਈਪਸ ਵਿੱਚੋਂ ਨਹੀਂ ਹੋ ਕੇ ਆਉਂਦਾ ਸੀ ਤਾਂ ਉਹ ਫਿਰ ਵੀ ਪਾਣੀ ਠੀਕ ਸੀ। ਦੂਸਰਾ, ਪਾਣੀ ਅਸੀਂ ਟੈਂਕੀਆਂ 'ਚ ਸਟੋਰ ਕਰਦੇ ਹਾਂ, ਉਹ ਵੀ ਸਰ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਸਾਡੇ ਲਈ। ਰਾਈਟ, ਅਤੇ ਸਰ ਤੀਸਰੀ ਚੀਜ਼ ਇਹ ਹੈ ਕਿ ਜਦੋਂ ਮੈਂ ਇੰਡੀਆ ਦੇ ਵਿੱਚ ਆਪਣੇ 6ਵੀਂ 7ਵੀਂ ਜਮਾਤ 'ਚ ਪੜ੍ਹਦਾ ਸੀ ਤਾਂ ਉਸ ਵੇਲੇ ਸਾਨੂੰ ਦੱਸਿਆ ਜਾਂਦਾ ਸੀ ਕਿ ਕੁਛ ਪੌਦੇ ਜਿਹੜੇ ਸਾਡੇ ਪਿੰਡਾਂ 'ਚ ਛੱਪੜਾਂ 'ਚ ਲਗਾਏ ਜਾਂਦੇ ਆ ਇਹ ਕਾਫੀ ਕਾਰਗਰ ਨੇ, ਵੱਡੇ ਵੱਡੇ ਜਿਹੜੇ ਹੈਵੀ ਮਟੀਰੀਅਲਸ ਉਹਨਾਂ ਨੂੰ ਅਬਜ਼ੋਰਬ ਕਰਨ ਲਈ। ਜੀ, ਸੋ ਕਿਉਂ ਨਾ ਅਸੀਂ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਚੀਜ਼ਾਂ ਦੀ ਪਲਾਂਟੇਸ਼ਨ ਕਰੀਏ, ਕਿਉਂਕਿ ਹਾਲੇ ਤੱਕ ਵੀ ਪੁਰਾਣੇ ਜ਼ਮਾਨੇ 'ਚ ਅਗਰ ਤੁਸੀਂ ਦੇਖੋ ਕਿ ਛੱਪੜਾਂ ਦੇ ਵਿੱਚ ਪਾਣੀ ਸਾਫ਼ ਹੁੰਦੇ ਸੀ, ਇਸੇ ਕਰਕੇ ਹੁੰਦੇ ਸੀ ਕਿਉਂਕਿ ਉਹਨਾਂ ਦੇ ਵਿੱਚ ਜਿਹੜੇ ਪੌਦੇ ਲਗਾਏ ਜਾਂਦੇ ਸੀ ਉਹ ਸਾਰੇ ਦਾ ਸਾਰਾ ਕਚਰਾ ਹੈਵੀ ਮੈਟਲਸ ਜਿਹੜੇ ਉਹ ਅਬਜ਼ੋਰਬ ਕਰ ਲੈਂਦੇ ਸੀ। ਰਾਈਟ ਸਰ ਜੀ, ਇਹਨਾਂ ਕਹਿੰਦਾ ਹੋਇਆ ਮੈਂ ਆਪਣੀ ਕਾਲ ਸਮਾਪਤ ਕਰਦਾ। ਬਿਲਕੁਲ ਬਿਲਕੁਲ, ਇਹ ਕਈ ਇਹੋ ਜਿਹੇ ਕਦਮ ਚੁੱਕਣ ਦੀ ਲੋੜ ਆ। ਇਨਫੈਕਟ ਹੋਰ ਤੇ ਹੋਰ ਕਈ ਇਹੋ ਜਿਹੇ ਪੌਦੇ, ਇਹੋ ਜਿਹੇ ਪਲਾਂਟ ਹੈਗੇ ਆ ਜਿਹੜੇ ਯੂਰੇਨੀਅਮ ਵਰਗੇ ਪਲਾਂਟਸ, ਜਿਹੜੇ ਯੂਰੇਨੀਅਮ ਵਰਗੇ ਤਾਤ ਆ ਉਹਨਾਂ ਨੂੰ ਵੀ ਸੱਕ ਕਰਦੇ ਆ। ਇਹਦੇ ਬਾਰੇ ਵੀ ਉਹਨਾਂ ਨੇ ਦੱਸਿਆ ਵਾ ਕਿਹੜੇ ਪਲਾਂਟਸ ਇਸ ਤਰ੍ਹਾਂ ਸੱਕ ਕਰ ਸਕਦੇ ਆ। ਸੋ ਇਹੋ ਜਿਹੇ ਕਦਮ, ਕਈ ਕਦਮ ਜਿਹੜੇ ਆ ਚੁੱਕਣ ਦੀ ਲੋੜ ਆ। ਮੈਨੂੰ ਲੱਗਦਾ ਹੋਰ ਵੀ ਕਈ ਸਾਰੇ ਸੁਝਾਅ ਤੁਹਾਡੇ ਕੋਲ ਡੈਫੀਨੇਟਲੀ ਹੋਣਗੇ, ਦੇਖਦੇ ਹਾਂ ਤੁਹਾਡੇ ਸੁਝਾਅ ਕੀ ਨੇ, ਉਹਨਾਂ ਨੂੰ ਸਾਂਝੇ ਕਰਦੇ ਹਾਂ। ਹੈਲੋ ਬਾਈ ਜੀ, ਸਤਿ ਸ਼੍ਰੀ ਅਕਾਲ, ਮੈਂ ਮਨਪ੍ਰੀਤ ਸਿੰਘ ਢੀਂਡਸਾ ਬੋਲਦਾ ਜੀ, ਟੋਰਾਂਟੋ ਤੋਂ। ਹਾਂਜੀ ਢੀਂਡਸਾ ਜੀ। ਸੰਧੂ ਸਾਹਿਬ, ਇਸ ਪਾਣੀ ਵਾਲਾ ਮਸਲਾ ਹੈਗਾ ਬਹੁਤ ਗੰਭੀਰ। ਮੈਂ ਜਦ ਇੰਡੀਆ 'ਚ ਸੀਗਾ ਮੇਰੀ ਜੋਬ ਇਸੇ ਪ੍ਰੋਜੈਕਟ 'ਚ ਸੀਗੀ, ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ। ਓਕੇ,
ਜੀ ਆਈ ਐਸ ਇੰਜੀਨੀਅਰ ਸੀਗਾ ਤੇ ਅਸੀਂ ਇਸੇ ਤੇ ਰਿਸਰਚ ਕੀਤੀ ਸੀ ਤੇ ਉਸ ਰਿਸਰਚ ਚ ਅਸੀਂ ਉਸ ਵਾਰ ਉਸ 2001 ਦੇ ਵਿੱਚ ਗਵਰਨਮੈਂਟ ਨੂੰ ਜਿਹੜਾ ਡੇਟਾ ਦਿੱਤਾ ਸੀਗਾ ਹਰਨਾਮ ਦਾਸ ਜੌਹਰ ਆਪਣੇ ਇਹਦੇ ਪ੍ਰੈਜ਼ੀਡੈਂਟ ਸੀਗੇ ਉਸ ਟਾਈਮ ਮਿਨਿਸਟਰ ਹਾਂਜੀ ਤੇ ਉਹਦੇ ਡੇਟਾ ਦੇ ਅਕੋਰਡਿੰਗ 2020 ਚ ਸੋਕੇ ਦਾ ਅਸੀਂ ਸੰਕੇਤ ਦਿੱਤਾ ਸੀਗਾ ਕਿ 2020 ਤੱਕ ਪੰਜਾਬ ਚ ਜੇ ਇਸੇ ਤਰ੍ਹਾਂ ਪਾਣੀ ਘੱਟਦਾ ਰਿਹਾ ਤਾਂ ਸੋਕਾ ਆ ਜਾਣਾ ਓਕੇ ਉਹਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਜੀ ਸਭ ਤੋਂ ਵੱਡੀ ਜਿਹੜੀ ਭੂਮਿਕਾ ਉਹਦੇ 'ਚ ਗੌਰਮੈਂਟ ਦੀ ਉਹ ਹੈ ਕਿ ਗੌਰਮੈਂਟ ਕਹਿੰਦੀ ਤਾਂ ਹੈਗੀ ਹੈ ਪਰ ਕੁਛ ਕਰਦੀ ਨਹੀਂ ਕਿਉਂਕਿ ਜਿੰਨੇ ਪਾਣੀ ਦੀ ਵੇਸਟੇਜ ਹੈ ਉਹ ਗੌਰਮੈਂਟ ਸਾਈਡ ਤੋਂ ਹੁੰਦੀ ਹੈ ਪਹਿਲੀ ਵੇਸਟੇਜ ਹੁੰਦੀ ਹੈ ਜੀ ਜਿੰਨੀਆਂ ਵੀ ਸਰਕਾਰੀਆਂ ਟੂਟੀਆਂ ਨੇ ਜਿੰਨੇ ਵੀ ਸਰਕਾਰੀ ਟੋਇਲਟਸ ਨੇ ਉਹ ਸਾਰੇ ਲੀਕ ਹੁੰਦੇ ਆ ਰਾਈਟ ਟਰੱਕਾਂ ਵਾਲੇ ਵੀਰ ਇੱਕ ਸਟੇਟ ਤੋਂ ਦੂਜੀ ਸਟੇਟ 'ਚ ਜਾਂਦੇ ਉਹ ਸਾਰੇ ਜਿਹੜੇ ਰਾਹ 'ਚ ਪਾਈਪਲਾਈਨਾਂ ਲੀਕ ਹੋ ਰਹੀਆਂ ਹੁੰਦੀਆਂ ਉੱਥੇ ਨਹਾਉਂਦੇ ਹੁੰਦੇ ਆ ਰਾਈਟ ਰੇਲਵੇ ਸਟੇਸ਼ਨਾਂ 'ਤੇ ਤੁਸੀਂ ਚਲੇ ਜਾਓ ਉੱਥੇ ਸਾਰਾ ਜਿਹੜਾ ਪਾਣੀ ਲੀਕ ਹੋ ਰਿਹਾ ਹੁੰਦਾ ਉਹ ਵੀ ਸਾਰਾ ਗੌਰਮੈਂਟ ਅੰਡਰਟੇਕਿੰਗ ਆਉਂਦਾ ਰਾਈਟ ਕਿਉਂਕਿ ਜਿਹੜਾ ਇੱਕ ਆਮ ਉਪਭੋਗਤਾ ਘਰ ਵਾਲਾ ਉਹ ਇੰਨਾ ਪਾਣੀ ਕੋਈ ਦੁਰਵਰਤੋਂ ਨਹੀਂ ਕਰਦਾ ਉਹ ਜੇਕਰ ਪਾਣੀ ਕਦੇ ਡੋਲਦਾ ਤਾਂ ਆਪਣੇ ਕੰਮ ਲਈ ਡੋਲਦਾ ਠੀਕ ਹੈ ਉਹਨੂੰ ਕਾਰਾਂ ਨਹੀਂ ਧੋਣੀਆਂ ਚਾਹੀਦੀਆਂ ਪਰ ਉਹ ਵੇਸਟ ਨਹੀਂ ਕਰ ਰਿਹਾ ਉਹ ਆਪਣੇ ਪਰਪਸ ਲਈ ਕਰ ਰਿਹਾ ਵਿਚ ਇਜ਼ ਗੁੱਡ ਐਂਡ ਬੈਡ ਦੈਟਸ ਅਨਦਰ ਪਾਰਟ ਰਾਈਟ ਅਸੀਂ ਚੰਡੀਗੜ੍ਹ ਰਹੇ ਹਾਂ ਜੀ ਮੈਂ ਚੰਡੀਗੜ੍ਹ 6 ਸਾਲ ਰਿਹਾ ਅਸੀਂ ਦੇਖਿਆ ਉੱਥੇ ਮਾਡਰਨ ਹਾਊਸਿੰਗ ਕੰਪਲੈਕਸ ਦੇ ਵਿੱਚ ਸਰਕਾਰੀ ਪਾਣੀ ਆਉਂਦਾ ਤੇ ਉੱਥੇ ਨਸ਼ੇ ਦੇ ਚੱਕਰ 'ਚ ਲੋਕ ਬੋਲਾਂ ਚੋਰੀ ਕਰ ਲੈਂਦੇ ਜਿਹੜੀਆਂ ਟੈਂਕੀ ਦੇ ਵਿੱਚ ਬੋਲਾਂ ਹੁੰਦੀਆਂ ਜਿਹੜੀਆਂ ਪਾਣੀ ਰੋਕਦੀਆਂ ਤੇ 2-2 ਘੰਟੇ ਸੰਧੂ ਸਾਹਿਬ ਉੱਥੇ ਪਾਣੀ ਲੀਕ ਹੋਈ ਜਾਂਦਾ ਟੈਂਕੀ ਤਾਂ 10 ਮਿੰਟ 'ਚ ਭਰ ਜਾਂਦੀ ਹੈ ਤੇ ਪਾਣੀ ਜਿਵੇਂ 5 ਤੋਂ ਲੈ ਕੇ 7 ਵਜੇ ਤੱਕ ਆਉਣਾ ਨਾ ਤਾਂ 2 ਘੰਟੇ ਪਾਣੀ ਉਹ ਥੱਲੇ ਗਿਰੀ ਜਾਂਦਾ ਤੇ ਗੌਰਮੈਂਟ ਦਾ ਇਹਦੇ 'ਚ ਬਹੁਤ ਵੱਡਾ ਰੋਲ ਹੈ ਤੇ ਦੂਜੀ ਗੱਲ ਹੈ ਕਿ ਡਾਇਵਰਸੀਫਿਕੇਸ਼ਨ ਜਿਹੜੇ ਸੀ ਪ੍ਰੋਜੈਕਟ 'ਤੇ ਕੰਮ ਕਰਦੇ ਸੀ ਕਿਸਾਨ ਕਹਿੰਦੇ ਸੀ ਕਿ ਤੁਸੀਂ ਸਾਨੂੰ ਦੱਸੋ ਕੀ ਲਾਉਣਾ ਅਸੀਂ ਉਹੀ ਲਾ ਦਾਂਗੇ ਸਾਡੀ ਚੀਜ਼ ਵਿਕਣੀ ਚਾਹੀਦੀ ਹੈ ਕਿ ਸਾਡਾ ਕੋਈ ਝੋਨੇ ਨਾਲ ਪਿਆਰ ਨਹੀਂ ਝੋਨੇ ਦੀ ਸਭ ਤੋਂ ਬੜੀ ਪ੍ਰੋਬਲਮ ਇਹ ਹੈ ਜੀ ਜਿਹੜੇ ਮੌਸਮ ਦੇ ਵਿੱਚ ਝੋਨਾ ਲੱਗਦਾ ਜੇ ਫੋਰ ਐਗਜ਼ਾਮਪਲ 2 ਰੁਪਏ ਦਾ ਉਸ ਝੋਨੇ ਨੂੰ ਪਾਣੀ ਲੱਗ ਰਿਹਾ ਤਾਂ ਉਹਦੇ 'ਚੋਂ 1 ਰੁਪਈਆ 75% ਦਾ ਪਾਣੀ ਵੈਪੋਰੇਟ ਹੋ ਜਾਂਦਾ ਉੱਡ ਜਾਂਦਾ ਫਸਲ ਨੂੰ ਲੱਗਦਾ ਹੀ ਨਹੀਂ ਕਿਉਂਕਿ ਉਸ ਟਾਈਮ ਗਰਮੀ ਬਹੁਤ ਹੁੰਦੀ ਹੈ ਜੀ ਤੇ ਝੋਨੇ ਦੀ ਜਿਹੜੀ ਫਸਲ ਹੈ ਸਭ ਤੋਂ ਜ਼ਿਆਦਾ ਖਤਰਨਾਕ ਪਾਣੀ ਲਈ ਉਹੀ ਹੈ ਤੇ ਉਹਨਾਂ ਨੇ ਉਸ ਟਾਈਮ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਬੇਬੀ ਕੋਰਨ ਲਾਓ ਤੇ ਜਲੰਧਰ ਸ਼ਹਿਰ 'ਚੋਂ ਹੀ ਡਿਸਟ੍ਰਿਕਟ 'ਚੋਂ ਬੇਬੀ ਕੋਰਨ ਇੱਕ ਬੰਦੇ ਨੇ ਇੰਨਾ ਲਾਤਾ ਤੇ ਮਾਰਕੀਟ ਉਹ ਨਹੀਂ ਪੂਰੀ ਕਰਤੀ ਜਿੰਨੀ ਕੁ ਰਿਕੁਆਇਰਮੈਂਟ ਸੀਗੀ ਤੇ ਬਾਕੀ ਜਿਹੜੇ ਕਿਸਾਨ ਸੀਗੇ ਉਹ ਕਹਿੰਦੇ ਨਾ ਤਾਂ ਸਾਡੀਆਂ ਤੁਸੀਂ ਛੱਲੀਆਂ ਪੱਕਣ ਦਿੱਤੀਆਂ ਨਾ ਕੱਚੀਆਂ ਖਰੀਦ ਦਿਓ ਕਿਉਂਕਿ ਬੇਬੀ ਕੋਰਨ ਕੱਚੀ ਹੁੰਦੀ ਹੈ ਜੀ ਤੇ ਇਸ ਕਰਕੇ ਉਹ ਕਿਸਾਨ ਨੂੰ ਮਾਰਕੀਟ ਤਿਆਰ ਕਰਕੇ ਦੇਣੀ ਪੈਣੀ ਹੈ ਕਿਸੇ ਵੀ ਚੀਜ਼ ਦੀ ਜਿਵੇਂ ਆਇਲ ਸੀਡਸ ਨੇ ਜਾਂ ਸਬਜ਼ੀਆਂ ਨੇ ਕਿਉਂਕਿ ਸਬਜ਼ੀਆਂ ਵੇਟ ਨਹੀਂ ਕਰ ਸਕਦੇ ਉਹ ਵਿਕਣੀਆਂ ਚਾਹੀਦੀਆਂ ਤੇ ਸਾਡੇ ਜਿਹੜਾ ਪ੍ਰੋਜੈਕਟ ਦਾ ਮੇਨ ਰੂਲ ਸੀ ਜਿਹੜਾ ਉਪਦੇਸ਼ ਸੀ ਉਹੀ ਸੀ ਕਿ ਡਾਇਵਰਸੀਫਿਕੇਸ਼ਨ ਦੇ ਕੇ ਅਸੀਂ ਗਵਰਨਮੈਂਟ ਨੂੰ ਪਹਿਲਾਂ ਹੀ ਦੱਸ ਦਈਏ ਕਿ ਵੀ ਆਹ ਫਸਲ ਆ ਰਹੀ ਹੈ ਸੋ ਦੈਟ ਕੋਈ ਇੰਟਰਨੈਸ਼ਨਲ ਮਾਰਕੀਟ ਜਾਂ ਨੈਸ਼ਨਲ ਮਾਰਕੀਟ ਤੇ ਜੀ ਜੋ ਤੁਸੀਂ ਸੁਝਾਅ ਦਿੱਤੇ ਸੀ ਉਹਨਾਂ ਦਾ ਕੋਈ ਅਸਰ ਹੋਇਆ ਮੈਂ ਤਾਂ ਜੀ ਵੈਸੇ ਇੰਜੀਨੀਅਰ ਲੈਵਲ ਤੇ ਸੀਗਾ ਤੇ ਅਸੀਂ ਤਾਂ ਮੈਨੇਜਮੈਂਟ ਨੂੰ ਦੇਣੇ ਹੁੰਦੇ ਆ ਮੈਨੇਜਮੈਂਟ ਨੇ ਗਾਂਹ ਪਾਸ ਕਰਨੇ ਹੁੰਦੇ ਆ ਮੈਂ ਤੁਹਾਨੂੰ ਉਸ ਟਾਈਮ ਦਾ ਇੱਕ ਹੋਰ ਫਿਗਰ ਦੱਸ ਦਿੰਦਾ ਕਿ ਉਸ ਟਾਈਮ ਪੰਜਾਬ ਦੇ ਵਿੱਚ ਇੱਕ ਵਾਰ ਇੱਕ ਡਿਸਟ੍ਰਿਕਟ ਦੇ ਵਿੱਚ ਸੋਕਾ ਪਿਆ ਸੀ ਤੇ ਉਸ ਟਾਈਮ ਬਿਜਲੀ ਬਾਏ ਕਰਕੇ ਦੇਣੀ ਸੀਗੀ ਸਰਕਾਰ ਨੇ ਤੇ ਹਰਨਾਮ ਦਾਸ ਜੌਹਲ ਉਹਨਾਂ ਨੇ ਉਹਨਾਂ ਨੂੰ ਗੌਰਮੈਂਟ ਨੂੰ ਸਲਾਹ ਦਿੱਤੀ ਸੀਗੀ ਕਿ ਜਿੰਨੇ ਦੀ ਤੁਸੀਂ ਬਿਜਲੀ ਬਾਏ ਕਰਨੀ ਹੈ ਉਹਦੇ ਨਾਲ ਪਾਣੀ ਵੀ ਖਰਾਬ ਹੋਣਾ ਕਿ 5-5 ਹਜ਼ਾਰ ਏਕੜ ਤੁਸੀਂ ਕਿਸਾਨਾਂ ਨੂੰ ਮੁਆਵਜ਼ਾ ਦੇ ਦਿਓ ਉਹਦੇ ਨਾਲ ਕੀ ਹੈ ਸਾਡਾ ਪਾਣੀ ਵੀ ਬਚ ਜੂਗਾ ਬਿਜਲੀ ਵੀ ਨਹੀਂ ਬਾਏ ਕਰਨੀ ਪੈਣੀ ਤੇ ਕਿਸਾਨਾਂ ਨੂੰ ਵੀ ਪਰ ਵੋਟਾਂ ਦਾ ਟਾਈਮ ਹੁੰਦਾ ਜੀ ਤੇ ਉਹ ਤਾਂ ਉਹ ਦੇਖਣੀ ਹੈ ਕਿ ਵੀ ਕੀ ਵੋਟਾਂ 'ਚੋਂ ਕਾਹਦਾ ਫਰਕ ਪੈ ਰਿਹਾ ਪਾਣੀ ਦਾ ਤੇ ਬਿਲਕੁਲ ਬਹੁਤ ਬਹੁਤ ਧੰਨਵਾਦ ਚਿੰਸਾ ਜੀ ਆਪਣੇ ਐਕਸਪੀਰੀਅੰਸ ਤੁਸੀਂ ਸ਼ੇਅਰ ਕੀਤੇ ਤੁਸੀਂ ਡਾਇਵਰਸੀਫਿਕੇਸ਼ਨ ਦੀ ਗੱਲ ਕੀਤੀ ਹੈ ਡਾਇਵਰਸੀਫਿਕੇਸ਼ਨ ਦੀ ਬਹੁਤ ਵੱਡੀ ਪ੍ਰੋਬਲਮ ਹੈ ਮਾਰਕੀਟਿੰਗ ਕੱਲ੍ਹ ਦੀ ਟ੍ਰਿਬਿਊਨ ਦੇ ਵਿੱਚ ਇੱਕ ਬਹੁਤ ਅੱਛਾ ਰਾਈਟਅਪ ਸੀ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਦਾ ਇਕੋਨਮਿਸਟ ਹੈ ਉਹਨਾਂ ਨੇ ਕਿਹਾ ਕਿ ਬੇਸਿਕਲੀ ਜੋ ਕਮਾਈ ਜ਼ਿਮੀਂਦਾਰ ਨੂੰ ਝੋਨੇ ਔਰ ਕਣਕ ਤੋਂ ਹੁੰਦੀ ਹੈ ਪ੍ਰੋਡਿਊਸਰ ਨੂੰ ਜੋ ਫਾਇਦਾ ਇਹਨਾਂ ਦੋ ਫਸਲਾਂ ਤੋਂ ਹੁੰਦਾ ਕਰੀਬ ਆਲਮੋਸਟ ਇਨਫੈਕਟ 70% ਜਾਂ 50% ਜਿਹੜਾ ਫਾਇਦਾ ਇਹਨਾਂ ਦੋ ਫਸਲਾਂ ਤੋਂ ਹੁੰਦਾ ਉਹੀ ਫਾਇਦਾ ਜਿਹੜਾ ਵਾ ਉਹ ਜੇ ਉਹ ਕੱਲ੍ਹ ਨੂੰ ਸਬਜ਼ੀਆਂ ਉਗਾਵੇ ਤਾਂ ਉਹ 30-40% 'ਤੇ ਆ ਜਾਂਦਾ ਜੇ ਫਰੂਟ ਉਗਾਵੇ ਤਾਂ 20-25% 'ਤੇ ਆ ਜਾਂਦਾ ਕਿਉਂਕਿ ਇਹਨਾਂ ਦੀ ਮਾਰਕੀਟਿੰਗ ਦੇ ਉੱਤੇ ਬਹੁਤ ਮਿਹਨਤ ਕਰਨ ਦੀ ਲੋੜ ਹੈ ਮਾਰਕੀਟਿੰਗ ਇਹਨਾਂ ਦੀ ਹੁੰਦੀ ਨਹੀਂ ਗੀ ਔਰ ਸਿੰਪਲ ਮਾਰਕੀਟਿੰਗ ਨਹੀਂ ਇਹਨਾਂ ਲੋਕਾਂ ਇਹਨਾਂ ਫਸਲਾਂ ਵਾਸਤੇ ਕਈ ਹੋਰ ਕਦਮ ਚੁੱਕਣ ਦੀ ਲੋੜ ਹੈ ਪ੍ਰੋਪਰ ਪੈਕੇਜਿੰਗ ਪ੍ਰੋਪਰ ਉਹਨਾਂ ਦੀ ਟਰਾਂਸਪੋਰਟੇਸ਼ਨ ਵਗੈਰਾ ਵਗੈਰਾ ਔਰ ਉਹਨਾਂ ਦੀ ਇੱਕ ਲਾਈਫ ਵੀ ਇੱਕ ਲਿਮਿਟਡ ਹੁੰਦੀ ਹੈ ਭਾਵੇਂ ਸਬਜ਼ੀਆਂ ਹੋਣ ਭਾਵੇਂ ਫਰੂਟ ਹੋਵੇ ਔਰ ਝੋਨਾ ਔਰ ਕਣਕ ਜਿਹੜਾ ਵਾ ਉਹਨਾਂ ਦੀ ਲੌਂਜੀਵਿਟੀ ਵੀ ਹੁੰਦੀ ਆ ਅਤੇ ਇਸ ਕਰਕੇ ਉਹਨਾਂ ਵੱਲ ਉਹਨਾਂ ਤੋਂ ਕਿਸਾਨ ਨੂੰ ਬੱਚਤ ਜ਼ਿਆਦਾ ਵਾ ਸੋ ਜਿਵੇਂ ਤੁਸੀਂ ਸਹੀ ਤਰੀਕਾ ਸਹੀ ਕਿਹਾ ਕਿ ਜਿੰਨਾ ਚਿਰ ਤੱਕ ਅਸੀਂ ਮਾਰਕੀਟਿੰਗ ਸਹੀ ਨਹੀਂ ਕਰਾਂਗੇ ਔਰ ਬਾਕੀ ਫਸਲਾਂ ਦੀ ਡਿਮਾਂਡ ਕ੍ਰੀਏਟ ਨਹੀਂ ਕਰਾਂਗੇ ਉਨੇ ਚਿਰ ਤੱਕ ਲੋਕਾਂ ਵਾਸਤੇ ਝੋਨੇ ਤੋਂ ਪਰਾਂ ਹਟਣਾ ਬਹੁਤ ਮੁਸ਼ਕਲ ਆ ਇੱਕ ਹੋਰ ਕਾਲ ਲੈ ਕੇ ਫਿਰ ਮੈਂ ਇੱਕ ਛੋਟੀ ਜਿਹੀ ਬ੍ਰੇਕ ਲਊਂਗਾ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸੰਧੂ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੇਰਾ ਨਾਮ ਯੁਵਰਾਜ ਸਿੰਘ ਹੈ ਫਰੋਮ ਕੈਲਗਰੀ ਅਲਬਰਟਾ ਕੈਨੇਡਾ ਹਾਂਜੀ ਯੁਵਰਾਜ ਜੀ ਬਹੁਤ ਸਵਾਗਤ ਹੈ ਸ਼ੋਅ 'ਚ ਪਹਿਲੀ ਵਾਰੀ ਕਾਲ ਕਰ ਰਹੇ ਹਾਂਜੀ ਹਾਂਜੀ ਹਾਂਜੀ
ਦੱਸੋ ਕੀ ਵਿਚਾਰ ਨੇ ਤੁਹਾਡੇ? ਮੈਂ ਤੁਹਾਡੇ ਇਸ ਡਰਾਊਟ ਦੇ ਮਸਲੇ ਤੇ ਆਪਣੇ ਵਿਚਾਰ ਦੇਣਾ ਚਾਹੁੰਦਾ ਸੀ। ਹਾਂ ਹਾਂ ਹਾਂਜੀ ਸਰ, ਦੇਖੋ ਜਿਹੜੇ ਦੋ ਫੈਕਟਰੀ ਸੀ ਇਹ ਨੇ ਜਿਹੜੇ ਡਰਾਊਟ ਜਾਂ ਸੋਕੇ ਦੀ ਪ੍ਰੋਬੇਬਿਲਟੀ ਨੂੰ ਵਧਾ ਸਕਦਾ ਹੈ। ਹਾਂ ਹਾਂ, ਪਹਿਲਾ ਫੈਕਟਰ ਹੈਗਾ ਹਿਊਮਨ ਐਕਟੀਵਿਟੀ, ਜਿਹੜੇ ਹਿਊਮਨ ਜਿਹੜੀ ਐਕਟੀਵਿਟੀਜ਼ ਨੇ ਇਨਵਾਇਰਮੈਂਟ ਨੂੰ ਜਿਹੜੇ ਹਾਰਮ ਕਰਦੇ ਆ ਉਹ ਡਰਾਊਟ ਦੀ ਪੋਸੀਬਿਲਿਟੀ ਨੂੰ ਵਧਾ ਸਕਦੇ ਆ। ਜੇ ਮੈਂ ਤੁਹਾਨੂੰ ਉਦਾਹਰਣ ਦੇਵਾਂ, ਜਿਹੜੀ ਰੀਸੈਂਟਲੀ IPL ਜਿਹੜੀ ਕ੍ਰਿਕਟ ਲੀਗ ਹੈ ਉਹਨਾਂ ਨੇ ਆ ਮੈਚ ਕਰਾਉਣਾ ਸੀਗਾ ਮਹਾਰਾਸ਼ਟਰ ਵਿੱਚ, ਤੇ ਜਿਸ ਤਰ੍ਹਾਂ ਉਹ ਜਨਰਲੀ ਕੀ ਕਰਦੇ ਆ ਤੁਹਾਨੂੰ ਪਤਾ ਵੀ ਫੀਲਡ ਨੂੰ ਉਹ ਵਾਸ਼ ਕਰਨ ਲਈ ਉਹਨੂੰ ਕਲੀਨਸ ਕਰਨ ਲਈ ਉਹ ਵੱਡੇ ਕੁਆਂਟਿਟੀ ਵਿੱਚ ਉਹ ਪਾਣੀ ਛਿੜਕਦੇ ਆ ਜੀ। ਇਹ ਇੱਕ ਹਿਊਮਨ ਐਕਟੀਵਿਟੀ ਮਤਲਬ ਆਪਾਂ ਕਹਿ ਸਕਦੇ ਹਾਂ ਜਿਸ ਦੇ ਵਿੱਚ ਪਾਣੀ ਬਹੁਤ ਵੇਸਟ ਕੀਤਾ ਜਾਂਦਾ ਹੈ ਜਿਹੜਾ ਕਿ ਇਨਵਾਇਰਮੈਂਟ ਨੂੰ ਨੈਗੇਟਿਵਲੀ ਅਫੈਕਟ ਕਰ ਸਕਦਾ ਹੈ, ਫਿਰ ਡਰਾਊਟ ਦੀ ਪ੍ਰੋਬੇਬਿਲਿਟੀ ਵੀ ਵੱਧ ਸਕਦੀ ਹੈ। ਰਾਈਟ ਰਾਈਟ। ਤੇ ਦੂਸਰਾ ਫੈਕਟਰ ਮੈਂ ਕਹਿੰਦਾ ਵੀ ਜਿਹੜੀ ਐਬ ਨੋਰਮਲ ਵੈਦਰ ਕੰਡੀਸ਼ਨ ਆ, ਰਾਈਟ, ਅਗਰ ਵੈਦਰ ਕੰਡੀਸ਼ਨ ਐਵਰੇਜ ਤੋਂ ਵੱਧ ਹੁੰਦੇ ਆ ਫਿਰ ਸੋਕੇ ਦੀ ਜਿਹੜੀ ਪ੍ਰੋਬੇਬਿਲਿਟੀ ਹੈ ਉਹ ਵੱਧ ਸਕਦੀ ਹੈ। ਹੁਣ ਜਿਹੜੀ ਗਲੋਬਲ ਵਾਰਮਿੰਗ ਹੈ ਜਿਹੜੀ ਇੱਕ ਗਲੋਬਲ ਇਸ਼ੂ ਹੈ ਉਸਨੇ ਪੂਰੀ ਦੁਨੀਆਂ ਨੂੰ ਵਾਰਮ ਅਪ ਕੀਤਾ ਹੋਇਆ ਹੈ। ਈਸਟ ਐਂਡ ਵੈਸਟ ਵਿੱਚ ਤੁਸੀਂ ਦੇਖ ਸਕਦੇ ਹਾਂ ਵੀ ਜਿਹੜੇ ਵੈਦਰ ਕੰਡੀਸ਼ਨਸ ਹਨ ਉਹ ਥੋੜ੍ਹੇ ਹਾਇਰ ਹਨ। ਹੁਣ ਇੱਥੇ ਵੀ ਆਪਾਂ ਫੀਲ ਕੀਤਾ ਵੀ ਇੱਥੇ ਜਿਹੜੀ ਆ ਕੋਲਡਨੈਸ ਹੈ ਉਹ ਥੋੜ੍ਹੀ ਘੱਟ ਪਈ ਹੈ ਇਸ ਸਾਲ, ਆਪਾਂ ਜੇ ਦੇਖੀਏ ਪਿਛਲੇ ਸਾਲ ਵੀ ਦੇਖਦੇ ਹਾਂ। ਅਤੇ ਉੱਥੇ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਗਰਮੀ ਹੁੰਦੀ ਹੈ ਇਸ ਵਾਰੀ ਥੋੜ੍ਹਾ ਉੱਥੇ ਜ਼ਿਆਦਾ ਗਰਮੀ ਪੈ ਰਹੀ ਹੈ। ਸੋ ਇਸ ਕਰਕੇ ਇਹ ਜਿਹੜੇ ਇਫੈਕਟਸ ਨੇ ਉਹ ਜ਼ਰੂਰ ਡਰਾਊਟ ਦੀ ਪ੍ਰੋਬੇਬਿਲਿਟੀ ਨੂੰ ਜਿਹੜਾ ਵਧਾ ਸਕਦਾ। ਤੁਸੀਂ ਯੁਵਰਾਜ ਉੱਥੇ ਪੜ੍ਹਾਈ ਕਰ ਰਹੇ ਜੇ ਜਾਂ ਹੁਣ ਕੰਮ ਕਰ ਰਹੇ ਜੇ? ਹਾਂਜੀ ਪੜ੍ਹਾਈ ਆਪਾਂ ਕਰ ਰਹੇ ਹਾਂ ਜੀ। ਕਾਹਦੀ ਪੜ੍ਹਾਈ? ਪੜ੍ਹਾਈ ਆਪਾਂ, ਮੈਂ ਹਾਈ ਸਕੂਲ 'ਚ ਹਾਂ ਕਰੰਟਲੀ। ਓਕੇ, ਵੈਰੀ ਗੁੱਡ, ਬਹੁਤ ਅੱਛੇ ਵਿਚਾਰ ਰੱਖਦੇ ਜੇ, ਯੰਗ ਏਜ ਦੇ ਵਿੱਚ ਬਹੁਤ ਅੱਛੇ ਵਿਚਾਰ ਰੱਖਦੇ ਜੇ, ਔਰ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਤੁਸੀਂ ਪੜ੍ਹਾਈ ਕਰਕੇ ਚੰਗੇ ਅਹੁਦਿਆਂ 'ਤੇ ਪਹੁੰਚੋਗੇ ਔਰ ਤੁਸੀਂ ਸੁਸਾਇਟੀ ਨੂੰ ਕੰਟਰੀਬਿਊਟ ਕਰ ਸਕੋਗੇ। ਹੁਣ ਸਮਾਂ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਪਾਣੀਆਂ ਦਾ ਮਸਲਾ, ਜੋ ਪੀਣ ਦੇ ਪਾਣੀ ਦਾ ਗੰਭੀਰ ਸੰਕਟ ਇਸ ਵੇਲੇ ਬਣਿਆ ਵਾ ਔਰ ਹੋਰ ਵੀ ਇਹ ਸੰਕਟ ਵੱਧ ਸਕਦਾ ਵਾ, ਇਹਦੇ 'ਤੇ ਆਪਾਂ ਵਿਚਾਰ ਚਰਚਾ ਕਰਾਂਗੇ। ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਵਿਚਾਰ ਚਰਚਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਸੀਂ ਸੁਣ ਰਹੇ ਜੇ ਸ਼ੋਅ ਹੈਲੋ ਗਲੋਬਲ ਪੰਜਾਬ, ਅਤੇ ਅਸੀਂ ਗੱਲ ਕਰ ਰਹੇ ਹਾਂ ਪਾਣੀਆਂ ਦੇ, ਪੀਣ ਵਾਲੇ ਪਾਣੀਆਂ ਦੇ ਸੰਕਟ ਬਾਰੇ। ਜੇ ਅਸੀਂ ਪੀਣ ਵਾਲੇ ਪਾਣੀ ਦੇ ਸੰਕਟ ਤੋਂ ਬਚਣਾ ਵਾ ਤਾਂ ਸਾਨੂੰ ਕੀ ਕਰਨ ਦੀ ਲੋੜ ਆ, ਇਹਦੇ ਬਾਰੇ ਆਪਾਂ ਵਿਚਾਰ ਜ਼ਰੂਰ ਸਾਂਝੇ ਕਰਾਂਗੇ। ਪਰ ਉਸ ਤੋਂ ਪਹਿਲਾਂ ਜੋ ਤੁਸੀਂ ਜਿਹੜੇ ਕਾਲਰ ਸਾਡੇ ਹੋਲਤੇ ਨੇ, ਦੇਖਦੇ ਹਾਂ ਉਹ ਇਸ ਸੰਕਟ ਬਾਰੇ ਕੀ ਕਹਿਣਾ ਚਾਹੁੰਦੇ ਆ। ਹੈਲੋ, ਹੈਲੋ ਸੰਧੂ ਸਾਹਿਬ, ਸਤਿ ਸ੍ਰੀ ਅਕਾਲ, ਜੋਗਾ ਸਿੰਘ ਬੋਲ ਰਿਹਾ ਕੈਲੀਫੋਰਨੀਆ ਤੋਂ। ਕੈਲੀਫੋਰਨੀਆ ਤੋਂ ਕੌਣ ਜੀ? ਜੋਗਾ ਸਿੰਘ ਬੋਲ ਰਿਹਾ ਸੰਧੂ। ਹਾਂਜੀ ਜੋਗਾ ਸਿੰਘ ਜੀ, ਹਾਂਜੀ। ਕਿਉਂਕਿ ਗੁਰਬਾਣੀ 'ਚ ਲਿਖਿਆ ਜੀ, ਪਹਿਲਾਂ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ ਜੀ। ਤੇ ਆਪਾਂ ਹੁਣ ਕਾਰਨਾਂ ਬਾਰੇ ਤਾਂ ਬਹੁਤ ਸਾਰੇ ਕਾਲਰਾਂ ਨੇ ਗੱਲ ਕਰ ਲਈ ਆ, ਤੇ ਮੈਂ ਗੱਲ ਸੰਖੇਪ ਹੀ ਰੱਖਾਂ ਕਿਉਂਕਿ ਬਹੁਤ ਸਾਰੇ ਕਾਲਰ ਵੀ ਹੋਲਡ 'ਚ ਹੁੰਦੇ ਆ ਜੀ। ਤੇ ਮੈਂ ਇਹ ਕਹਿਣਾ ਚਾਹੁੰਦਾ ਜੀ, ਆਪਾਂ ਨੂੰ ਸਿਰਫ ਦੋ ਤਿੰਨ ਉਪਰਾਲੇ ਸਾਰਿਆਂ ਨੂੰ ਕਰਨੇ ਪੈਣਗੇ ਦ੍ਰਿੜ ਇੱਛਾ ਸ਼ਕਤੀ ਦੇ ਨਾਲ ਜੀ, ਸਰਕਾਰਾਂ ਨੂੰ ਇਕੱਲਿਆਂ ਨੂੰ ਨਹੀਂ ਜਾਂ ਲੋਕਾਂ ਨੂੰ ਇਕੱਲਿਆਂ ਨੂੰ ਨਹੀਂ, ਕਿਉਂਕਿ ਦੇਖੋ ਜੀ ਜਿਹੜਾ ਪਾਣੀ ਪਹਿਲਾਂ ਸਾਡਾ ਰਾਵੀ ਦਾ ਪਾਣੀ ਕਿੰਨਾ ਅਸੀਂ ਅਜਾਈ ਭੇਜ ਦਿੰਦੇ ਹਾਂ ਪਾਕਿਸਤਾਨ ਨੂੰ, ਜਦਕਿ ਉਹ ਕਹਿੰਦੇ ਕਿ ਸਾਡੇ ਨਾਲ ਉਹਨਾਂ ਦਾ ਮਤਲਬ ਸਮਝੌਤਾ ਕਿ ਅਸੀਂ ਪਾਣੀ ਲੈ ਸਕਦੇ ਜੀ। ਤੇ ਦੂਸਰਾ ਇਹ ਹੈਗਾ ਜੀ, ਜਿਹੜੀਆਂ ਤੁਸੀਂ ਗੱਲ ਕੀਤੀ ਸੀ ਪਹਿਲਾਂ ਕਾਲਰ ਨੇ ਕਿ ਨਹਿਰਾਂ ਵਗੈਰਾ ਔਰ ਸੂਏ ਵਗੈਰਾ ਸੁੱਕਦੇ ਜਾ ਰਹੇ, ਉਹ ਇਸੇ ਕਰਕੇ ਕਿ ਉਹਨਾਂ 'ਚ ਪਾਣੀ ਹੁੰਦਾ ਨਹੀਂ। ਰਾਈਟ, ਪਾਣੀ ਪੀਣ ਵਾਲਾ ਹੋਵੇ ਜਾਂ ਕੋਈ ਜੀ, ਸਾਨੂੰ ਉਪਰਾਲੇ ਕਰਨੇ ਪੈਣਗੇ ਔਰ ਕਿਸਾਨਾਂ ਨੂੰ ਵੀ ਇਹ ਸੋਚਣਾ ਪਊਗਾ ਕਿ ਉਹ ਫਸਲਾਂ ਬੀਜੋ ਜਿਹੜੀਆਂ ਪਾਣੀ ਨੂੰ ਖਪਤ ਘੱਟ ਕਰਦੀਆਂ। ਜੀ ਜੀ ਜੀ, ਜ਼ਰੂਰੀ ਹੈ ਕਿ ਕਿਉਂਕਿ ਨਹੀਂ ਤਾਂ ਫਿਰ ਧਰਤੀ ਤਾਂ ਪਾਣੀ ਕਿਸੇ ਨਾ ਕਿਸੇ ਲੈਵਲ 'ਤੇ ਤਾਂ ਕੋਈ ਚੀਜ਼ ਜਾ ਕੇ ਖਤਮ ਹੋ ਹੀ ਜਾਣੀ ਹੈ ਜੀ। ਸਹੀ ਕਿਹਾ ਜੀ, ਹਾਂਜੀ। ਅਤੇ ਇਸ ਤੋਂ ਇਲਾਵਾ ਮੈਂ ਇਹ ਜ਼ਰੂਰ ਕਹੂੰਗਾ ਕਿ ਇਕੱਲੇ ਇੱਕ ਉੱਤੇ ਨਹੀਂ ਗੱਲ ਛੱਡ ਦੇਣੀ ਚਾਹੀਦੀ ਹੈਗੀ, ਸਰਕਾਰਾਂ ਨੂੰ ਵੀ ਜ਼ਰੂਰ, ਉਹਨਾਂ ਨੂੰ ਥੋੜ੍ਹਾ ਜਿਹਾ ਉਹਨਾਂ ਕੋਲ ਪਾਵਰ ਹੁੰਦੀ ਹੈ, ਉਹਨਾਂ ਕੋਲ ਜ਼ਰੀਆ ਹੁੰਦਾ, ਥੋੜ੍ਹਾ ਜਿਹਾ ਜ਼ਿਆਦਾ ਜ਼ਿੰਮੇਵਾਰੀ ਬਣਦੀ ਆ, ਪਰ ਲੋਕਾਂ ਦੀ ਜ਼ਿੰਮੇਵਾਰੀ ਵੀ ਜ਼ਰੂਰ ਇਸ ਵਿੱਚ ਬਣਦੀ। ਮਿਹਰਬਾਨੀ ਮਿਹਰਬਾਨੀ ਜੋਗਾ ਸਿੰਘ ਜੀ, ਡੈਫੀਨੇਟਲੀ ਸਰਕਾਰਾਂ ਦੀ ਜ਼ਿੰਮੇਵਾਰੀ ਦੇ ਨਾਲ ਨਾਲ ਲੋਕਾਂ ਦੀ ਜ਼ਿੰਮੇਵਾਰੀ ਵੀ ਬਣਦੀ ਆ। ਸਾਨੂੰ ਆਪਣੇ ਆਪ ਵੀ ਸੋਚਣਾ ਚਾਹੀਦਾ ਵਾ ਵੀ ਅਸੀਂ ਕੀ ਕਰ ਸਕਦੇ ਹਾਂ ਪਾਣੀ ਨੂੰ ਬਚਾਉਣ ਵਾਸਤੇ ਔਰ ਇਸ ਸੰਕਟ ਦੇ ਵਿੱਚੋਂ ਬਚਣ ਵਾਸਤੇ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਗੱਲ ਕਰਨੀ ਚਾਹੁੰਦੇ ਆ, ਕੀ ਦ੍ਰਿਸ਼ਟੀਕੋਣ ਰੱਖਦੇ ਇਸ ਪਾਣੀਆਂ ਦੇ, ਪੀਣ ਵਾਲੇ ਪਾਣੀਆਂ ਦੇ ਮਸਲੇ 'ਤੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਸਰਦਾਰ ਜੀ, ਮੈਂ ਹਰਦੇਵ ਸਿੰਘ ਸਮਰਾ ਬੋਲਦਾ ਜੀ। ਹਾਂਜੀ ਸਮਰਾ ਜੀ, ਸਵਾਗਤ ਹੈ ਜੀ, ਦੱਸੋ ਤੁਹਾਡੇ ਕੀ ਵਿਚਾਰ ਨੇ, ਵਿਊ ਪੁਆਇੰਟ ਸ਼ੇਅਰ ਕਰੋ। ਹਾਂਜੀ, ਆਪਾਂ ਨੂੰ ਜਿਹੜਾ ਜੀ ਬਹੁਤ ਆਪਣੀ ਜ਼ਿੰਮੇਵਾਰੀ ਵੀ ਵੱਧ ਬਣਦੀ ਜੀ ਆਮ ਜਿੰਨੇ ਲੋਕੀ ਆ ਉੱਥੇ, ਕਿਉਂਕਿ ਪਹਿਲਾਂ ਪਾਣੀ ਰੀਸਾਈਕਲ ਬਹੁਤ ਯੂਜ਼ ਹੁੰਦਾ ਸੀ ਛੱਪੜਾਂ 'ਚੋਂ ਕਈ ਵਾਰੀ ਜਿੱਦਾਂ ਪਾਣੀ ਸੀਗਾ ਜੀ ਜੀ। ਹੁਣ ਆ ਜਿੱਦਾਂ ਜੇ ਚਲੋ ਆਪਾਂ ਝੋਨਾ ਘੱਟ ਵੀ ਕਰ ਦਿੰਦੇ ਹਾਂ, ਇੱਕ ਘਰ ਦੇ ਵਿੱਚ ਜੇ 10 ਜੀ ਆ ਉਹ ਫਲੱਸ਼ ਕਰਦੇ ਪਾਣੀ ਨੂੰ ਤੇ ਕਿੰਨੇ ਲੀਟਰ ਗਿਆ ਰੋਜ਼ ਦਾ ਜੀ ਜੀ।
ਜਿਹੜਾ ਅੱਗੇ ਉਹ ਜਦੋਂ ਬੰਦੇ ਨਹਾਉਂਦੇ ਸੀ ਜਾਂ ਮੋਟਰ ਦੇ ਉੱਤੇ ਨਹਾ ਲਿਆ ਉਹ ਰੀਸਾਈਕਲ ਹੋਈ ਜਾਂਦਾ ਸੀ ਪਾਣੀ, ਜੇ ਛੱਪੜਾਂ ਦੇ ਵਿੱਚ ਉਸ ਪਾਣੀ ਨੂੰ ਪਾਇਆ ਜਾਵੇ ਦੂਜੇ ਨੂੰ ਅਤੇ ਉਹਨੂੰ ਮੁੜ ਕੇ ਖੇਤੀ 'ਤੇ ਵਰਤਿਆ ਜਾਵੇ ਤਾਂ ਮੇਰਾ ਖਿਆਲ ਬੈਟਰ ਹੋ ਸਕਦਾ ਜੀ। ਬਿਲਕੁਲ, ਰੀਸਾਈਕਲਿੰਗ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ, ਬਿਲਕੁਲ ਸਹੀ ਕਿਹਾ ਤੁਸੀਂ। ਹਾਂਜੀ ਭਾਈ ਸਾਹਿਬ, ਕਿਉਂਕਿ ਜੇ ਹੁਣ ਇੱਕ ਆਪਾਂ ਜੀ ਟੋਇਲਟ ਯੂਜ ਕਰਦੇ ਹਾਂ ਜਾਂ ਨਹਾਉਣ ਨੂੰ ਕਰਦੇ ਹਾਂ, ਅੱਗੇ ਹੁੰਦਾ ਸੀ ਕੱਚਾ ਵਿਹੜਾ ਇੱਕ ਬਾਲਟੀ ਛਿੜ ਕੇ ਸਰ ਜਾਂਦਾ ਸੀ ਜੀ। ਜੀ, ਹੁਣ ਇਸ ਟਾਈਮ ਜਿਹਦੇ ਦੇ ਪੱਕੇ ਵਿਹੜੇ ਆ ਉਹ ਪਾਈਪ ਲਾ ਕੇ 20-50 ਲੀਟਰ ਸਿਰਫ ਵਿਹੜਾ ਧੋਣ ਨੂੰ ਵਰਤੀ ਜਾ ਰਹੇ ਆ ਜੀ। ਬਿਲਕੁਲ ਠੀਕ ਹੈ, ਆਪਾਂ ਨੂੰ ਥੋੜਾ ਜਿਹਾ ਉੱਥੋਂ ਸਰਫਾ ਕਰਨ ਦੀ ਜ਼ਰੂਰਤ ਪਊਗੀ। ਮੇਰਾ ਖਿਆਲ ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਇਹਦੇ ਵਿੱਚ ਜੀ ਪਾਉਣੀ ਚਾਹੀਦੀ ਆ, ਹੈਲਪ ਕਰਨੀ ਚਾਹੀਦੀ ਆ। ਤਾਂ ਦਿਆ ਜੇ ਹੁਣ ਕਿਤੇ ਪਿੰਡ 'ਚ ਅੱਗ ਲੱਗ ਜਾਵੇ ਤਾਂ ਕਿਸੇ ਛੱਪੜ 'ਚ ਅੱਗ ਬੁਝਾਉਣ ਦੇ ਪਾਣੀ ਹੈ ਨੇ ਜੀ। ਬਿਲਕੁਲ ਠੀਕ ਕਿਹਾ ਤੁਸੀਂ, ਬਿਲਕੁਲ ਠੀਕ ਹੈ ਸਮਰਾ ਸਾਹਿਬ। ਮੇਰੇ ਖਿਆਲ ਸਾਨੂੰ ਸਾਰਿਆਂ ਨੂੰ ਇਹਦੇ 'ਚ ਯੋਗਦਾਨ ਪਾਉਣਾ ਚਾਹੀਦਾ ਵਾ। ਮੈਂ ਇਹ ਵੀ ਜਾਣਨਾ ਚਾਹੁੰਦਾ ਵੀ ਬਾਹਰਲੇ ਮੁਲਕਾਂ 'ਚ ਕੀ ਸਿਸਟਮ ਹੁੰਦਾ ਵਾ, ਕੈਲੀਫੋਰਨੀਆ 'ਚ ਕੀ ਸਿਸਟਮ ਹੈ, ਕਿਉਂਕਿ ਉੱਥੇ ਵੀ ਡਰਾਊਟ ਆਉਂਦਾ ਰਹਿੰਦਾ ਵਾ, ਹੁੰਦਾ ਰਹਿੰਦਾ ਵਾ। ਉੱਥੇ ਸਰਕਾਰ ਨੇ ਕੀ ਕਦਮ ਚੁੱਕੇ ਔਰ ਲੋਕ ਕਿਵੇਂ ਉਹਦੇ 'ਚ ਕੰਟਰੀਬਿਊਟ ਕਰਦੇ ਆ, ਸਮਰਾ ਜੀ ਮਿਹਰਬਾਨੀ, ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੈਚ 'ਚ ਭਾਈ ਸਾਹਿਬ, ਗੱਲ ਕਹੋ ਆਪਣੀ। ਹਾਂਜੀ ਮੈਂ ਗੱਲ ਕਰਨੀ ਸੀ ਪਾਣੀ ਬਾਰੇ, ਇਹਦੇ ਬਾਰੇ ਜੀ ਫੇਲ ਦੋਨੋਂ। ਪਹਿਲਾਂ ਇੰਟਰੋਡਕਸ਼ਨ ਆਪਣੀ ਆਪਣੀ ਇੰਟਰੋਡਕਸ਼ਨ। ਮੈਂ ਸ਼ਿੰਦਾ ਬੋਲਦਾ ਜੀ ਇੱਥੇ ਜੋਰਜੀਆ ਤੋਂ। ਹਾਂਜੀ ਭਾਈ ਸਾਹਿਬ। ਹਾਂਜੀ, ਇਹਦੇ ਵਾਸਤੇ ਗੌਰਮੈਂਟ ਵੀ ਫੇਲ ਹੋਈ ਹੈ ਤੇ ਆਪਣੀ ਆਮ ਜਨਤਾ ਵੀ ਫੇਲ ਹੋਈ ਹੈ ਜੀ। ਜੇ ਤੁਸੀਂ ਬਾਹਰ ਦੇ ਸਿਸਟਮ ਨਾਲ ਕੰਪੇਅਰ ਕਰਦੇ ਆ, ਬਾਹਰ ਜੇ ਕਿਸੇ ਨਾ ਕ੍ਰੀਕ ਚੱਲਦਾ ਜਾਂ ਕੁਦਰਤੀ ਸੋਰਸ ਜਾਂ ਜਿੱਦਾਂ ਸਾਡੇ ਪਹਾੜੀਆਂ 'ਚ ਪਾਣੀ ਚੱਲਦਾ ਆ ਕਿਸੇ ਪਾਸੇ ਨੂੰ ਕੋਈ ਨਾਲਾ, ਉਹ 'ਚੋਂ ਪਾਣੀ ਲੈਣਾ ਹੋਵੇ ਨਾ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ। ਪਰ ਇੰਡੀਆ ਵਿੱਚ ਅਸੀਂ ਪੰਜਾਬ 'ਚ ਇਹ ਕੀਤਾ ਕਿ ਖੇਤ ਉੱਤੇ ਖੁੱਲ੍ਹੇ ਭਰਤੇ, ਖੇਤਾਂ ਨੂੰ ਤਲਾਬ ਬਣਾ ਤਾ। ਮੈਂ ਕਹਿੰਦਾ ਅੱਗੇ ਵੀ ਗੱਲ ਕੀਤੀ ਸੀ, ਅਸੀਂ ਇੱਕ ਤਰ੍ਹਾਂ ਜਿਹੜਾ ਫਰੀ ਵੱਢ ਕੀਤਾ ਨਾ, ਜੋ ਮਰਜ਼ੀ ਹੈ ਚਾਹੇ ਉਹ ਲੰਬ ਸਮ ਰਹਿੰਦਾ, ਜਿਹੜਾ ਜਿੱਦਾਂ ਸਾਡੇ ਜ਼ਿਮੀਂਦਾਰਾਂ ਦਾ ਜੇ ਜ਼ਿਮੀਂਦਾਰ, ਮੈਨੂੰ ਇਹ ਕਹਿਣਾ ਪੈ ਰਿਹਾ ਆ ਵੀ ਬਿੱਲ ਦਿੰਦੇ ਸੀਗੇ ਪਰ ਉਹਨੂੰ ਫਰੀ ਨਾ ਵੱਜੂ, ਲੋਕਾਂ ਨੇ ਐਟੋਮੈਟਿਕ ਲਾ ਤੇ, ਚਾਹੇ ਮੀਂਹ ਪੈਂਦਾ ਆ ਚਾਹੇ ਬਰਸਾਤ ਪੈਂਦੀ, ਕੋਈ ਬੰਦ ਕਰਨ ਨਹੀਂ ਗਿਆ। ਜਿਹੜਾ ਪੀਣ ਵਾਲਾ ਪਾਣੀ ਸੀ ਨਾ, ਅਸੀਂ ਉਹ ਫਸਲਾਂ ਦੇ ਵਿੱਚ ਅਜਾਈ ਗੁਆ ਤਾ। ਦੇਖੋ ਅਮੈਰੀਕਾ ਜੀ 2500-2400 ਮੀਲ ਤੱਕ ਪਾਈਪ ਲਾਈਨ ਵਿਛਾਈ ਹੋ ਤੇਲ ਲਈ, ਨਾ ਕਿ ਪਾਣੀ ਲਈ। ਤੇਲ ਦੀ ਇੱਕ ਬੂੰਦ ਨਹੀਂ ਹੈ ਬਾਹਰ ਡਿੱਗਣ ਦਿੰਦੇ ਆਪਣੀ ਧਰਤੀ ਦੇ। ਜੇ ਅਸੀਂ ਭਾਖੜਾ ਡੈਮ ਤੋਂ ਪਾਈਪ ਲਾਈਨ ਨਹੀਂ ਵਿਛਾ ਸਕਦੇ ਜਾਂ ਡ੍ਰਿਪ ਸਿਸਟਮ ਨਹੀਂ ਹੋ ਸਕਦਾ ਉੱਥੇ, ਤੇ ਇੱਥੇ ਪਾਣੀ ਬਾਬਤ ਇੱਥੇ ਲੇਕਾਂ ਜਿਹੜੀਆਂ ਜਾਂ ਡੈਮ ਹੈ ਉਹ ਪੀਣ ਵਾਲੇ ਪਾਣੀ ਲਈ ਵਰਤੇ ਜਾਂਦੇ ਆ, ਨਾ ਕਿ ਸਿੰਚਾਈ ਲਈ। ਸਿੰਚਾਈ ਲਈ ਡ੍ਰਿਪ ਸਿਸਟਮ ਵਰਤਿਆ ਜਾਂਦਾ ਆ, ਪਰ ਪੰਜਾਬ ਵਿੱਚ ਤਾਂ ਅਸੀਂ ਉਹਨਾਂ ਨੂੰ ਐਂ ਤਲਾਬ ਬਣਾ ਤਾ। ਟੋਭੇ ਦੇਖੋ ਅੱਜ ਤਲਾਬ ਬਣੇ ਖੜ੍ਹੇ ਆ, ਤੋਂ 10-15 ਸਾਲ ਪਹਿਲਾਂ ਨਹੀਂ ਸੀਗੇ ਖੜ੍ਹੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸੋ ਕਈ ਲੈਵਲਸ 'ਤੇ ਕਦਮ ਚੁੱਕਣ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤੇ। ਦੇਖਦੇ ਹਾਂ ਸਾਡੇ ਅਗਲੇ ਜਿਹੜੇ ਕਾਲਰ ਆ, ਦਰਸ਼ਕ ਆ, ਉਹ ਇਸ ਮਸਲੇ 'ਤੇ ਆਪਣਾ ਕੀ ਵਿਊ ਪੁਆਇੰਟ ਜਿਹੜਾ ਰੱਖਣਾ ਚਾਹੁੰਦੇ। ਹੈਲੋ ਚੰਦੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਰਿਆ ਸਿੰਘ ਬੋਲਦਾ, ਮੈਂ ਕੈਲੀਫੋਰਨੀਆ। ਹਾਂਜੀ ਹਾਂਜੀ ਆਰਿਆ ਸਿੰਘ ਜੀ, ਅਤੇ ਮੈਂ ਬੇਨਤੀ ਐਂ ਕਰਾਂ ਵੀ ਪਹਿਲਾਂ ਸ਼ੁਰੂਆਤ ਸਾਨੂੰ ਆਪਣੀਆਂ ਜਿੰਨਾ ਕੁ ਹੈ ਸਾਡੇ ਪਾ ਪਾਣੀ ਆਪਾਂ ਬਚਣ ਦਾ ਤਾਂ ਗੱਲ ਬਾਅਦ 'ਚ ਸੋਚਦੇ ਹਾਂ। ਟੂਟੀਆਂ ਪਿੰਡਾਂ 'ਚ ਲਾਈਆਂ ਹੋਈਆਂ, ਛੋਟੀ ਜਿਹੀ ਗੱਲ ਦੱਸਾਂ ਤੁਹਾਨੂੰ, ਉੱਥੇ 4-4 ਲੋਕਾਂ ਨੇ ਟੂਟੀਆਂ ਲਾਈਆਂ ਹੋਈਆਂ, ਉੱਥੇ ਇੱਕ ਟੂਟੀਆਂ ਦੇ ਵਿੱਚ ਮਿਕਦਾਰ ਵਾਸਤੇ ਪਾਉਂਦੇ ਹੁੰਦੇ ਹੈ, ਕਿਸੇ ਦੀ ਮਿਕਦਾਰ ਨਹੀਂ। ਕੋਈ ਟੂਟੀ ਤੁਸੀਂ ਚੈੱਕ ਕਰ ਲਓ ਉੱਥੇ ਜੀ, ਮੈਸਾਂ ਵੀ ਉੱਥੇ ਨਲਾਉਣੀ ਆ ਕੇ ਟੋਬਿਆਂ 'ਚ ਪਾਣੀ ਪੈਂਦੇ ਸੀ, ਟੋਬੇ ਆਪਾਂ ਨੇ ਮੱਲ ਲਏ, ਟੋਬਿਆਂ 'ਚ ਪਾਣੀ ਪਾ ਕੇ ਪਸ਼ੂਆਂ ਦਾ ਉੱਧਰ ਲੰਘ ਜਾਂਦਾ ਸੀ ਕੰਮ ਜੀ। ਅਤੇ ਇਸ ਕਰਕੇ ਪਾਣੀ ਦਾ ਬਚਾਓ ਤਾਂ ਹੁਣ ਆਪਾਂ ਨੇ ਹੀ ਕਰਨਾ ਹੁੰਦਾ, ਸਰਕਾਰ ਨੇ ਤਾਂ ਕਿਸੇ ਨੇ ਦੇਖਣਾ ਨਹੀਂ ਵੀ ਟੂਟੀ ਤੁਸੀਂ ਕਿੱਥੇ ਲਾਈ ਹੈ, ਕਿੰਨਾ ਕੁ ਵਰਤਦੇ ਹੋ, ਕਿੰਨਾ ਡੋਲਦੇ ਹੋ। ਕੋਈ ਗਲੀਆਂ ਹੀ ਧੋਈ ਜਾਂਦਾ, ਕੋਈ ਰੋਕ ਨਹੀਂ ਹੈ। ਅਤੇ ਉੱਥੇ ਵੀ ਅਸੀਂ ਬੜੀ ਬੜੀ ਸ਼ਿਕਾਇਤਾਂ ਕਰਾ ਕੇ ਚੈਕਿੰਗਾਂ ਕਰਾ ਕੇ ਬੰਦ ਕਰਾਈਆਂ, ਫਿਰ ਉੱਦਾਂ ਹੀ ਕੰਮ ਚੱਲਦਾ। ਮੇਰਾ ਖਿਆਲ ਹੈ ਕਈ ਲੈਵਲਸ 'ਤੇ ਮਿਊਂਸੀਪਲ ਕਾਰਪੋਰੇਸ਼ਨ, ਪੰਚਾਇਤਾਂ ਦੇ ਲੈਵਲ 'ਤੇ, ਸਕੂਲਾਂ, ਕਾਲਜਾਂ 'ਚ, ਧਾਰਮਿਕ ਸੰਸਥਾਵਾਂ, ਸਭ ਨੂੰ ਕੰਟਰੀਬਿਊਟ ਕਰਨਾ ਪਊ। ਹਾਂਜੀ, ਪਿੰਡ ਦਾ ਨਾਂ ਤੁਸੀਂ ਆਪ ਚੈੱਕ ਕਰ ਲਿਓ। ਓਕੇ, ਕੋਈ ਨਹੀਂ ਕਰਦੀਆਂ ਪੰਚਾਇਤਾਂ ਪੰਚੂਤਾਂ, ਕੁਛ ਨਹੀਂ ਕਰਦੀਆਂ। ਸੋ ਤੁਹਾਡਾ ਖਿਆਲ ਹੈ ਵੀ ਲੋਕਾਂ ਨੂੰ ਆਪ ਹੀ ਕਰਨਾ ਪਊ ਕੁਛ, ਰਾਈਟ? ਦੇਖੋ ਆਪ ਹੀ ਕਰਨਾ ਪਊਗਾ ਤੁਹਾਨੂੰ। ਦੇਖੋ ਹੁਣ ਨਸ਼ੇ ਹੈ ਤੁਹਾਡੇ ਪਿੰਡ 'ਚ, ਮੇਰੇ ਪਿੰਡ 'ਚ 3-4 ਮੁੰਡੇ ਇਕੱਲੇ ਇਕੱਲੇ ਮਰ ਗਏ। ਲੋਕ ਜਿਹੜਾ ਵੇਚਣਾ ਹੁੰਦਾ ਉਹਨੂੰ ਤੁਸੀਂ ਫੜ ਨਹੀਂ ਸਕਦੇ, ਨਾਂ ਨਹੀਂ ਦੱਸ ਸਕਦੇ ਉਹਦਾ। ਬਿਲਕੁਲ ਠੀਕ, ਨਾ ਕੋਈ ਲੈਣਾ ਨਹੀਂ ਚਾਹੁੰਦਾ, ਸਵਾਲ ਤਾਂ ਇਹ ਹੈ ਨਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਬਹੁਤ ਬਹੁਤ ਮਿਹਰਬਾਨੀ ਆ ਰਹੀ ਸਿੰਘ ਜੀ, ਬਹੁਤ ਚੰਗੇ ਵਿਚਾਰ ਇਸ ਮਸਲੇ 'ਤੇ ਆਏ ਆ, ਔਰ ਸਾਰੇ ਕਾਲਰਸ ਨੇ ਇਹੋ ਹੀ ਕਿਹਾ ਵਾ ਵੀ ਜ਼ਿੰਮੇਵਾਰੀ ਜਿਹੜੀ ਆ ਸਰਕਾਰਾਂ ਦੀ ਤਾਂ ਹੈ ਹੀ ਹੈ, ਸਾਡੀ ਆਪਣੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਬਣ ਜਾਂਦੀ ਹੈ। ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਆ, ਦੇਖਦੇ ਹਾਂ ਉਹ ਕੀ ਵਿਊ ਪੁਆਇੰਟ ਸਾਂਝਾ ਕਰਨਾ ਚਾਹੁੰਦੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅੰਕਲ ਜੀ, ਬਲਵਿੰਦਰ ਸਿੰਘ ਬੋਲ ਰਿਹਾ ਜੀ, ਸਪ੍ਰਿੰਗਫੀਲਡ ਮਜ਼ਦੂਰੀ। ਹਾਂਜੀ ਬਲਵਿੰਦਰ ਜੀ,
अंकल जी बाहर ਲਈ ਤੁਸੀਂ ਸੁਜੈਸ਼ਨ ਮੰਗ ਰਹੇ ਹੋ ਬਾਹਰ ਦੇ ਵਿੱਚ ਤਾਂ ਇਹ ਹੈਗਾ ਕਿ ਆਲਮੋਸਟ ਲਿਟਰਲੀ ਐਵਰੀ ਸਮਾਲੈਸਟ ਟਾਊਨ ਜਿਹਦੇ ਵਿੱਚ ਕਿ ਨਗਰ ਪਾਲਿਕਾ ਹੈਗੀ ਆ ਜਿਹਨੂੰ ਆਪਾਂ ਪੰਚਾਇਤ ਵੀ ਕਹਿ ਦਿੰਦੇ ਹੈਗੇ ਇੰਡੀਆ ਦੇ ਵਿੱਚ ਇੱਥੇ ਪੰਚਾਇਤ ਵਾਲਾ ਸਿਸਟਮ ਹੈ ਨਹੀਂ ਬਸ ਸਿਟੀ ਹਾਲ ਹੈਗੇ ਨੇ ਤੇ ਇਟ ਮੀਨਸ ਬੇਸਿਕਲੀ ਨਗਰ ਪਾਲਿਕਾ ਜਿਹੜੇ ਵੀ ਸ਼ਹਿਰ ਦੇ ਵਿੱਚ ਆਲਮੋਸਟ ਨਗਰ ਪਾਲਿਕਾ ਅਮੈਰੀਕਾ ਦੇ ਵਿੱਚ ਹੈਗੀ ਆ ਜਿੰਨਾ ਕੁ ਮੈਨੂੰ ਪਤਾ ਹੈਗਾ ਕਿ ਐਵਰੀ ਸਮਾਲੈਸਟ ਟਾਊਨ ਆਮ ਟਾਕਿੰਗ ਅਬਾਊਟ ਲਿਟਰਲੀ ਈਵਨ 1000 ਪਾਪੂਲੇਸ਼ਨ ਦੇ ਵਿੱਚ ਰੀਸਾਈਕਲ ਪਲਾਂਟ ਜ਼ਰੂਰ ਲੱਗਾ ਹੈ Okay. I mean, they literally try to have a recycle plant for drinking water, we're talking about only. Other than that, ke jada pani da issue hega va, jab pani ghat hon da issue hega, it's not only in India. Even ke America de vich vi, it's a big problem. Especially due to climate change and all that stuff, loki agree karde ne, some agree nahi bhi karde ne, but there's a recently a fact tha ke California de vich I totally forget there's a river crossing the whole state okay. from north to south in California ਕਿ ਜਿਹਨਾਂ ਲੋਕਾਂ ਨੂੰ ਪਿਛਲੇ 300 ਸਾਲਾਂ ਤੋਂ ਇੱਕ ਹੱਕ ਮਿਲਿਆ ਸੀਗਾ ਕਿ ਜਿਹਨਾਂ ਲੋਕਾਂ ਦੇ ਖੇਤ ਉਸ ਰਿਵਰ ਦੇ ਨਾਲ ਲੱਗਦੇ ਸੀ ਉਹ ਕਿਸੇ ਵੀ ਹਾਲਤ ਦੇ ਵਿੱਚ ਉੱਥੋਂ ਪਾਣੀ ਲੈਣਗੇ ਤੇ ਐਂਡ ਦੇ ਵਿਲ ਗੈਟ ਫ੍ਰੀ ਵਾਟਰ ਕੈਲੀਫੋਰਨੀਆ ਦੇ ਵਿੱਚ ਰੀਸੈਂਟਲੀ ਪਿਛਲੇ 5 ਈਅਰ ਦੇ ਵਿੱਚ ਆ 2016 ਜਿਹੜਾ ਚੱਲ ਰਿਹਾ ਹੈਗਾ ਇਟਸ ਦ ਹਾਈ ਰੈਕਰਡ ਫਰੋਮ ਲਾਸਟ 100 ਈਅਰ ਆਲਮੋਸਟ ਇੰਨਾ ਡਰਾਈ ਹੋ ਗਿਆ ਹੈਗਾ ਪਾਣੀ ਨਹੀਂ ਸੀ ਪਿਆ ਗੌਰਮੈਂਟ ਨੇ ਇਸ਼ੂ ਕਰ ਦਿੱਤਾ ਕਿ ਈਵਨ ਜਿਹਨਾਂ ਨੂੰ ਰਾਈਟ ਸੀਗਾ ਕਿਉਂਕਿ ਉਹ ਨਦੀ ਵਗ ਰਹੀ ਸੀ ਈਅਰਸ ਐਂਡ ਈਅਰਸ ਕਿ ਉਹਨਾਂ ਲੋਕਾਂ ਕੋਲ ਪਤਾ ਸੀਗਾ ਕਿ ਉਹ ਲੋਕਾਂ ਦਾ ਹੱਕ ਬਣਦਾ ਹੀ ਬਣਦਾ ਗੌਰਮੈਂਟ ਨੇ ਈਵਨ ਕਿ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਵੀ ਪਾਣੀ ਨਹੀਂ ਯੂਜ਼ ਕਰ ਸਕਦੇ ਕਿਉਂਕਿ ਪੂਰੀ ਸਟੇਟ ਨੂੰ ਕਹਿ ਦਿੱਤਾ ਗਿਆ ਆ ਕਿ ਪਾਣੀ ਨਹੀਂ ਯੂਜ਼ ਕਰ ਸਕਦੇ ਕਾਰ ਵਾਸ਼ ਨਹੀਂ ਕਰ ਸਕਦੇ ਦੇਖੋ ਜੀ ਨਾਟ ਓਨਲੀ ਟੈਪ ਵਾਟਰ ਇਨ ਹੋਟਲ ਦੇਖੋ ਲਿਟਰਲੀ ਆਈ ਵਿਲ ਸੇ ਦੈਟ ਈਵਨ ਐਵਰੀ ਹਾਊਸ ਇਨ ਅਮੈਰੀਕਾ ਨਾਟ ਐਵਰੀ ਆਈ ਵਿਲ ਸੇ ਐਵਰੀ ਮੋਸਟ ਲਾਈਕਲੀ ਐਵਰੀ ਹਾਊਸ ਹੈਜ਼ ਅ ਫਿਲਟਰ ਰੇਸ਼ਨ ਕੋਈ ਵੀ ਤੁਸੀਂ ਰੈਫਰੀਜਰੇਟਰ ਵੀ ਜਿਹੜਾ ਬਾਏ ਕਰਦੇ ਹੋ ਉਹਦੇ ਵਿੱਚ ਆਟੋਮੈਟਿਕਲੀ ਇੱਕ ਫਿਲਟਰ ਲੱਗਾ ਹੁੰਦਾ ਹੈਗਾ ਓਕੇ ਕਿ ਜੇ ਤੁਸੀਂ ਐਕਸਪੈਂਸਿਵ ਫਿਲਟਰੇਸ਼ਨ ਪੂਰੇ ਘਰ ਦੇ ਸਿਸਟਮ ਵਾਸਤੇ ਨਹੀਂ ਯੂਜ਼ ਕਰਨਾ ਚਾਹੁੰਦੇ ਤਾਂ ਤੁਹਾਡੀ ਜਿਹੜੀ ਫਰਿੱਜ ਹੈਗੀ ਹੈ ਐਟਲੀਸਟ ਡਰਿੰਕਿੰਗ ਵਾਟਰ ਤੁਸੀਂ ਫਰਿੱਜ ਤੋਂ ਪੀ ਸਕਦੇ ਹੋ ਆਟੋਮੈਟਿਕਲੀ ਫਰਿੱਜ ਦੇ ਵਿੱਚ ਤੁਹਾਡੇ ਟੈਪ ਤੋਂ ਆ ਰਿਹਾ ਤੁਸੀਂ ਕੋਈ ਟੂਟੀ ਔਨ ਨਹੀਂ ਕਰਦੇ ਹੈਗੇ ਫਰਿੱਜ ਦੇ ਵਿੱਚ ਆ ਰਿਹਾ ਉਹ ਤੋਂ ਬਾਅਦ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਸੀਗਾ ਕਿ ਜਿਹੜਾ ਬਹੁਤ ਵੱਡਾ ਪ੍ਰੋਬਲਮ ਇੰਡੀਆ ਦੇ ਵਿੱਚ ਡਰਿੰਕਿੰਗ ਵਾਟਰ ਹੈਗਾ ਅੰਕਲ ਜੀ ਮੈਨੂੰ ਲੱਗਦਾ ਹੈਗਾ ਪਰਸਨਲੀ ਮੇਰਾ ਮੰਨਣਾ ਹੈਗਾ ਕਿ ਇਟਸ ਮੋਰ ਲਾਈਕਲੀ ਅਦਰ ਦੈਨ ਦਾ ਕਲਾਈਮੇਟ ਚੇਂਜ ਆਈ ਗੈਸ ਇਟਸ ਆਲ ਅਬਾਊਟ ਪੇਜਲ ਆਪਣੇ ਫ੍ਰੀਜ ਪੇਜਲ ਜਿਹਨੂੰ ਆਪਾਂ ਅੱਜ ਕੱਲ੍ਹ ਕਹਿੰਦੇ ਹੈਗੇ ਆ ਫ੍ਰੀ ਸ਼ਕੀਲਾਂ ਵਾਲਾ ਆਪਣਾ ਦੇਸ਼ ਹੈਗਾ ਵਾ ਆਪਣਾ ਪੰਜਾਬ ਹੈਗਾ ਵਾ ਅੱਜ ਦੀ ਡੇਟ ਦੇ ਵਿੱਚ ਪਿਛਲੇ ਮੈਂ 15 ਸਾਲ ਦੀ ਗੱਲ ਕਰਦਾ ਹੈ ਇੱਕ ਬਿਸਲਰੀ ਕੰਪਨੀ ਦਾ ਨਾਮ ਸੁਣਿਆ ਜਾਂਦਾ ਸੀ ਉਸ ਤੋਂ ਬਾਅਦ ਕੋਈ ਗੱਲ ਨਹੀਂ ਸੀ ਹੁੰਦੀ ਅੱਜ ਦੀ ਰੇਟ ਦੇ ਵਿੱਚ ਲਿਟਰਲੀ ਐਵਰੀਬਡੀ ਗੋਇੰਗ ਟੂ ਡਰਿੰਕ ਐਨੀ ਬ੍ਰਾਂਡ ਆਫ ਕੋਕਾ ਕੋਲਾ ਪੈਪਸੀ ਆਲ ਕਾਇੰਡ ਬਿਸਲਰੀ ਬਾਰਲ ਆਈ ਮੀਨ ਮਿਲਨ ਵਾਟਰ ਬਾਰਲ ਸੋ ਮੈਨੂੰ ਲੱਗਦਾ ਕਿ ਪਾਣੀ ਪੀਣ ਵਾਲੇ ਦੀ ਜਿਹੜੀ ਪ੍ਰੋਬਲਮ ਜਦੋਂ ਆਪਾਂ ਕਹਿੰਦੇ ਹਾਂ ਨਾ ਕਾਰਪੋਰੇਟਾਈਜ਼ੇਸ਼ਨ ਆਫ ਡਰਿੰਕਿੰਗ ਵਾਟਰ ਜਿਹੜਾ ਵਾ ਇਹਦੇ 'ਤੇ ਡੈਫੀਨੇਟਲੀ ਧਿਆਨ ਦੇਣ ਦੀ ਲੋੜ ਆ ਅਸੀਂ ਕਿਉਂ ਮਿਨਰਲ ਵਾਟਰ ਬੋਟਲਡ ਵਾਟਰ ਜਿਹੜਾ ਵਾ ਉਹਦੇ ਵੱਲ ਜਾ ਰਹੇ ਹਾਂ ਮੇਰੇ ਖਿਆਲ ਸਰਕਾਰਾਂ ਨੂੰ ਵੀ ਇਹਦੇ 'ਤੇ ਡੈਫੀਨੇਟਲੀ ਧਿਆਨ ਦੇਣ ਦੀ ਲੋੜ ਆ ਜੇ ਅਸੀਂ ਪੀਣ ਵਾਲੇ ਪਾਣੀ ਦੇ ਸੰਕਟ ਤੋਂ ਬਚਣਾ ਵਾ ਤਾਂ ਮੇਰੇ ਖਿਆਲ ਸਾਨੂੰ ਫੌਰਨ ਕਈ ਕਦਮ ਚੁੱਕਣੇ ਪੈਣਗੇ ਹੌਲੀ ਹੌਲੀ ਝੋਨੇ ਦੀ ਪੈਦਾਵਾਰ ਘਟਾ ਕੇ ਕਪਾਹ ਸੂਰਜਮੁਖੀ ਮੱਖੀ ਵਰਗੀਆਂ ਜਿਹੜੀਆਂ ਫਸਲਾਂ ਵਾ ਜੋ ਘੱਟ ਪਾਣੀ ਮੰਗਦੀਆਂ ਵਾ ਉਹਨਾਂ ਨੂੰ ਬੜਾਵਾ ਦੇਣਾ ਪਊਗਾ ਗਵਾਰਾ ਵਗੈਰਾ ਜਿਹੜੀ ਇਹੋ ਜਿਹੀਆਂ ਫਸਲਾਂ ਜਿਹੜੀਆਂ ਉਹਨੂੰ ਬੀਜਣਾ ਪਊਗਾ ਇਸ ਵਾਸਤੇ ਸ਼ਾਇਦ ਕਾਨੂੰਨ ਮੇਰਾ ਖਿਆਲ ਲਿਆਉਣਾ ਪਊ ਜੇ ਇਹ ਹੋ ਗਿਆ ਤਾਂ ਜ਼ਮੀਨ ਦਾ ਪਾਣੀ ਖਿੱਚਣ ਵਾਸਤੇ ਟਿਊਬਵੈੱਲ ਲਾਉਣ ਦੀ ਘੱਟ ਲੋੜ ਪਊਗੀ ਮੈਨੂੰ ਯਾਦ ਆ ਕਿ 1970 ਦੇ ਕਰੀਬ ਪੰਜਾਬ ਸਿਰਫ 1.5-2 ਲੱਖ ਟਿਊਬਵੈੱਲ ਸਨ ਉਦੋਂ ਜ਼ਮੀਨ ਦਾ ਪਾਣੀ ਜਿਹੜਾ ਸੀ ਇੰਨਾ ਉੱਚਾ ਸੀ ਕਿ ਖੂਹਾਂ ਤੋਂ ਮੈਨੂੰ ਯਾਦ ਹੈ ਬਲਦਾਂ ਰਾਹੀਂ ਅਤੇ ਟਿੰਡਾਂ ਨਾਲ ਹੀ ਪਾਣੀ ਜਿਹੜਾ ਵਾ ਉਹ ਖਿੱਚਿਆ ਜਾ ਸਕਦਾ ਸੀਗਾ
ਹੁਣ ਪੰਜਾਬ 'ਚ ਕਰੀਬ 14 ਲੱਖ ਟਿਊਬਵੈੱਲ ਹੈ ਅਤੇ 3 ਲੱਖ ਹੋਰ ਟਿਊਬਵੈੱਲ ਦੀ ਡਿਮਾਂਡ ਆ। ਆਹ ਪੁਰਾਣੀਆਂ ਟਿੰਡਾਂ ਜਿਹੜੀਆਂ ਵਾ ਤੁਸੀਂ ਵੇਖ ਸਕਦੇ ਜੀ ਕਿਵੇਂ ਪਾਣੀ ਕੱਢਿਆ ਜਾਂਦਾ ਸੀ। ਪੰਜਾਬ ਦੇ 142 ਬਲਾਕਾਂ 'ਚੋਂ 110 ਲੇਟੈਸਟ ਫਿਗਰ ਆ, 112 ਬਲਾਕ ਜਿਹੜੇ 142 'ਚੋਂ 112 ਬਲਾਕਾਂ 'ਚ ਹੇਠਲਾ ਪਾਣੀ ਬਹੁਤ ਡੂੰਘਾ ਚਲਾ ਗਿਆ। ਬਾਰਿਸ਼ਾਂ ਦੌਰਾਨ ਖੂਹ ਪੁੱਟ ਕੇ ਇਹ ਜ਼ਮੀਨੀ ਪਾਣੀ ਨੂੰ ਰੀਚਾਰਜ ਕਰਨ ਦੀ ਲੋੜ ਆ। ਖੂਹ ਪੁੱਟੇ ਹੋਣ ਭਾਵੇਂ ਡਰਾਈ ਹੋਣ, ਪਾਣੀ ਬਾਰਿਸ਼ਾਂ ਦਾ ਉਹਨਾਂ ਦੇ ਵਿੱਚ ਚਲ ਜਾਵੇ, ਥੱਲੇ ਗਰਾਊਂਡ ਵਾਟਰ ਜਿਹੜਾ ਰੀਚਾਰਜ ਹੋ ਜਾਵੇ। ਇਸੇ ਤਰ੍ਹਾਂ ਫਲੱਡ ਇਰੀਗੇਸ਼ਨ ਦੀ ਬਜਾਏ ਆਪਾਂ ਜੋ ਫਸਲ ਨੂੰ ਲਾਉਂਦੇ ਹਾਂ, ਫਸਲ ਨੂੰ ਪਾਣੀ ਲਾਉਂਦੇ ਹਾਂ ਅਤੇ ਪੂਰਾ ਖਾਲ ਖੋਲ੍ਹ ਦਿੰਦੇ ਹਾਂ, ਫਲੱਡ ਇਰੀਗੇਸ਼ਨ ਦੀ ਬਜਾਏ ਡ੍ਰਿਪ ਇਰੀਗੇਸ਼ਨ, ਵੀ ਸਿਰਫ ਜੜ੍ਹਾਂ ਦੇ ਕੋਲ ਪਾਣੀ ਜਿਹੜਾ ਵਾ ਉਹ ਜਾਵੇ। ਡ੍ਰਿਪ ਇਰੀਗੇਸ਼ਨ ਵਰਗੀਆਂ ਜਿਹੜੀਆਂ ਆਧੁਨਿਕ ਟੈਕਨੀਕਾਂ ਵਾ ਮੇਰੇ ਖਿਆਲ ਉਹਨਾਂ ਨੂੰ ਲਿਆਉਣ ਦੀ ਲੋੜ ਆ। ਸ਼ਹਿਰਾਂ 'ਚ ਬਾਰਿਸ਼ਾਂ ਦੇ ਪਾਣੀ ਨੂੰ ਬਚਾ ਕੇ ਸਟੋਰ ਕਰਨ ਦੀ ਲੋੜ ਆ, ਯਾਨੀ ਵਾਟਰ ਹਾਰਵੈਸਟਿੰਗ, ਰੇਨ ਹਾਰਵੈਸਟਿੰਗ, ਰੇਨ ਵਾਟਰ ਹਾਰਵੈਸਟਿੰਗ ਦੀ ਲੋੜ ਆ। ਪਾਣੀ ਦਾ ਸੰਕਟ ਪੰਜਾਬ ਅਤੇ ਚੰਡੀਗੜ੍ਹ ਸਾਫ ਜ਼ਾਹਿਰ ਹੈ। ਅਸੀਂ ਸਾਰੇ ਹੁਣ ਮਿਨਰਲ ਵਾਟਰ ਜਾਂ ਆਰਓ ਨਾਲ ਸਾਫ ਕੀਤੇ ਹੋਏ ਪਾਣੀ ਨੂੰ ਹੀ ਪੀ ਰਹੇ ਹਾਂ। ਪੇਂਡੂ ਇਲਾਕਿਆਂ 'ਚ ਕਈ ਥਾਵਾਂ 'ਤੇ ਪਾਣੀ ਵਾਸਤੇ ਲੋਕਾਂ ਨੂੰ ਹਰ ਮਹੀਨੇ 50 ਤੋਂ 100 ਰੁਪਈਏ ਦੇਣਾ ਪੈਂਦਾ। ਗਰੀਬ ਆਦਮੀ ਵਾਸਤੇ, ਗਰੀਬ ਪਰਿਵਾਰਾਂ ਵਾਸਤੇ ਬਹੁਤ ਇਹ ਔਖਾ ਵਾ। ਇੱਕ ਵੇਲਾ ਸੀ ਜਦੋਂ ਆਪਾਂ ਖਾਲਾਂ, ਨਹਿਰਾਂ, ਦਰਿਆਵਾਂ ਦੇ ਪਾਣੀ ਨੂੰ ਬੁੱਕ ਨਾਲ, ਜਿਵੇਂ ਭਾਈ ਸਾਹਿਬ ਨੇ ਕਿਹਾ ਵੀ, ਬੁੱਕ ਨਾਲ ਪੀ ਲੈਂਦੇ ਸਾਂ। ਜੇ ਇਸ ਚੀਜ਼ ਨੂੰ ਵਾਪਸ ਲਿਆਉਣਾ ਤਾਂ ਸਾਨੂੰ ਦਰਿਆਵਾਂ ਨੂੰ ਅਤੇ ਨਹਿਰਾਂ ਨੂੰ ਸਾਫ ਕਰਨਾ ਪਊ ਅਤੇ ਇਹ ਇਨਸ਼ੋਰ ਕਰਨਾ ਪਊਗਾ ਕਿ ਉਹਨਾਂ 'ਚ ਸ਼ਹਿਰਾਂ ਦਾ ਅਤੇ ਫੈਕਟਰੀਆਂ ਦਾ ਜ਼ਹਿਰੀਲਾ ਅਤੇ ਗੰਦਾ ਪਾਣੀ ਜਿਹੜਾ ਵਾ ਉਹਦੇ 'ਚ ਨਾ ਪਵੇ। ਦੇਖਦੇ ਹਾਂ ਸਾਡੇ ਜਿਹੜੇ ਬਾਕੀ ਕਾਲਰ ਆ ਉਹ ਹੋਰ ਕੀ ਸੁਝਾਅ ਦੇਣਾ ਚਾਹੁੰਦੇ। ਮੈਂ ਕੁਝ ਸੁਝਾਅ ਦਿੱਤੇ ਆ, ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਜੀ ਤਾਂ ਦੇਖਦੇ ਹਾਂ ਅਗਲੇ ਕਾਲਰ ਦਾ ਕੀ ਵਿਚਾਰ ਹੈ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਸਾਧੂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਗੁਰਪਾਲ ਤੁਰਨਾ ਬੋਲ ਰਿਹਾ ਯੂਨੀਵਰਸਿਟੀ ਤੋਂ। ਹਾਂਜੀ ਹਾਂਜੀ ਭਾਈ ਸਾਹਿਬ। ਭਾਅ ਜੀ, ਅੰਕੜਿਆਂ ਦੇ ਮੁਤਾਬਕ ਹਰ 5 ਸਾਲ ਬਾਅਦ ਆਪਣੇ ਪੰਜਾਬ 'ਚ ਸੋਕਾ ਆਉਂਦਾ ਹੈ। ਹਾਂ ਹਾਂ। ਤੇ ਪੰਜਾਬ ਦੇ ਵਿੱਚ ਪਾਣੀ ਨੂੰ ਸਾਂਭਣ ਲਈ 9 ਵੱਖਰੇ-ਵੱਖਰੇ ਡੈਮ ਹਲੇ ਹੋਰ ਬਣ ਸਕਦੇ ਆ। 9 ਹੋਰ ਡੈਮ ਬਣ ਸਕਦੇ, ਠੀਕ ਹੈ। ਹਾਂਜੀ। ਤੇ ਪਾਣੀ ਜਿਹੜਾ ਮੀਂਹ ਦੇ ਦਿਨਾਂ 'ਚ, ਹੜ੍ਹ ਦੇ ਦਿਨਾਂ 'ਚ ਪਾਕਿਸਤਾਨ ਵੱਲ ਜਾਂ ਬਾਹਰ ਅੰਦਰ ਜਾਂਦਾ, ਧਰਤੀ ਦੇ ਵਿੱਚ ਟਿਊਬਵੈੱਲ, ਬੋਰਵੈੱਲ ਕੀਤੇ ਜਾ ਸਕਦੇ ਆ, ਜਿਹੜਾ ਪਾਣੀ ਉੱਪਰੋਂ ਥੱਲੇ ਬਣਾਇਆ ਜਾ ਸਕਦਾ। ਬਿਲਕੁਲ ਸਹੀ ਕਿਹਾ। ਰਾਵੀ ਤੇ ਆਪਾਂ ਅੱਗੇ ਵੀ ਗੱਲ ਕੀਤੀ ਆ, ਰਣਜੀਤ ਸਾਗਰ ਡੈਮ ਦੇ ਥੱਲੇ ਵੀ ਇੱਕ ਡੈਮ ਬਣ ਸਕਦਾ ਵਾ, ਸੋ ਦੈਟ ਪਾਣੀ ਜਿਹੜਾ ਵਾ ਉਹ ਵੇਸਟ ਨਾ ਹੋ ਕੇ ਪਾਕਿਸਤਾਨ ਔਰ ਗਾਂ ਫਿਰ ਦਰਿਆ ਦੇ ਵਿੱਚ ਨਾ ਚਲਾ ਜਾਵੇ। ਆਪਾਂ ਨੂੰ ਜੋ ਪਾਣੀ ਨੂੰ ਸਟੋਰ ਕਰਕੇ UBDC ਅਪਰ ਬਾਰੀ ਦੁਆਬ ਕਨਾਲ ਜਿਹੜੀ ਆ ਉਹ ਫਿਰ ਉਸੇ ਤਰ੍ਹਾਂ ਜਿਵੇਂ ਪੁਰਾਣੀ ਵੇਲੇ ਚੱਲਦੀ ਹੁੰਦੀ ਸੀ ਉਸੇ ਤਰ੍ਹਾਂ ਹੀ ਚੱਲ ਸਕਦੀ। ਮੇਰਾ ਖਿਆਲ ਹੈ ਕਿ ਪਾਣੀ ਦਾ ਸੰਕਟ ਇੰਨਾ ਗੰਭੀਰ ਹੈ ਕਿ ਇਸ ਵਾਸਤੇ ਸਾਰੀਆਂ ਸਿਆਸੀ, ਸਮਾਜਿਕ, ਧਾਰਮਿਕ ਸੰਸਥਾਵਾਂ ਨੂੰ, ਸਾਨੂੰ ਸਾਰਿਆਂ ਨੂੰ ਇੱਕਜੁੱਟ ਮੇਰਾ ਖਿਆਲ ਹੋਣਾ ਪਊ। ਆਪਾਂ ਸਾਰੇ ਗੁਰਬਾਣੀ ਤੋਂ ਸੇਧ ਲਈਏ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ, ਇਹਨਾਂ ਪਵਿੱਤਰ ਲਾਈਨਾਂ ਨੂੰ ਰੋਜ਼ ਸਿਰਫ ਦੁਹਰਾਉਣਾ ਹੀ ਨਹੀਂ ਚਾਹੀਦਾ, ਆਪਾਂ ਨੂੰ ਚਾਹੀਦਾ ਵਾ ਵੀ ਇਹਨਾਂ ਨੂੰ ਆਪਾਂ ਅਪਣਾਈਏ ਵੀ। ਜੇ ਆਪਾਂ ਸਿਰਫ ਇਹਨਾਂ ਨੂੰ ਪੜ੍ਹ ਕੇ ਛੱਡ ਦਈਏ ਉਹਦੇ ਨਾਲ ਗੱਲ ਨਹੀਂ ਬਣਨੀ, ਇਹਨਾਂ ਨੂੰ ਆਪਾਂ ਅਪਣਾਉਣ ਦੀ ਲੋੜ ਆ। ਇਹ ਬਹੁਤ ਪਿਆਰੀਆਂ ਲਾਈਨਾਂ ਵਾਂ ਸਾਡੀ ਗੁਰਬਾਣੀ ਦੇ ਵਿੱਚ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਸੋ ਇਹਨਾਂ ਨੂੰ ਆਪਾਂ ਆਪਣੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਅਪਣਾਈਏ। ਹੁਣ ਸਮਾਂ ਖਤਮ ਹੋ ਰਿਹਾ, ਸੋ ਅੱਜ ਇੰਨਾ ਹੀ। ਅਗਲੀ ਵਾਰੀ ਤੱਕ ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।